ਸੰਗਤਾਂ ਸਰਵਣ ਕਰਦੇ ਆ ਰਹੇ ਹੋ ਤੋ ਪਿਛਲੇ ਦਿਨੀ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਰਾਮਕਲੀ ਕੀ ਵਾਰ ਦੀ ਵਿਚਾਰ ਪ੍ਰਾਰੰਭ ਹੋਈ ਹੈ। ਰਾਮਕਲੀ ਰਾਗ ਦੇ ਵਿੱਚ ਕੁੱਲ 3 ਵਾਰਾਂ ਹਨ ਜਿਨ੍ਹਾਂ ਦੇ ਵਿੱਚ ਤੀਸਰੀ ਵਾਰ ਭਾਈ ਸੱਤਾ ਜੀ ਅਤੇ ਬਲਵੰਡ ਜੀ ਦੀ ਉਚਾਰਨ ਕੀਤੀ ਹੋਈ ਹੈ। ਭਾਈ ਸੱਤਾ ਜੀ ਬਲਵੰਡ ਜੀ ਕੌਣ ਨੇ? ਇਹ ਗੁਰੂ ਘਰ ਦੇ ਰਬਾਬੀ ਨੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਹਜ਼ੂਰ ਰਹਿ ਕੇ ਗੁਰੂ ਦੇ ਦਰਸ਼ਨ ਕੀਤੇ ਅਤੇ ਜ਼ਿੰਦਗੀ ਭਰ ਸਤਿਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਹਜ਼ੂਰੀ ਦੇ ਵਿੱਚ ਕੀਰਤਨ ਦੀ ਸੇਵਾ ਨਿਭਾਈ ਅਤੇ ਉਹਨਾਂ ਨੇ ਹਜ਼ੂਰ ਦੇ ਚਰਨਾਂ 'ਚ ਰਹਿ ਕੇ ਜੋ ਪ੍ਰਤੱਖ ਕੌਤਕ ਵਰਤਦੇ ਦੇਖੇ ਹਨ ਉਹਨਾਂ ਨੂੰ ਮੋਤੀਆਂ ਦੀ ਤਰ੍ਹਾਂ ਗੁੰਦ ਗੁੰਦ ਕੇ ਇਸ ਵਾਰ ਦੇ ਵਿੱਚ ਉਚਾਰਨ ਕੀਤਾ ਹੈ। ਅਤੇ ਇਸ ਵਾਰ ਦੀਆਂ ਕੁੱਲ 8 ਪੌੜੀਆਂ ਹਨ ਜਿਨ੍ਹਾਂ ਦੇ ਵਿੱਚੋਂ ਪਹਿਲੀਆਂ 2 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਤੀਸਰੀ ਪੌੜੀ ਤੋਂ ਅੱਜ ਦੀ ਵਿਚਾਰ ਪ੍ਰਾਰੰਭ ਹੋਵੇਗੀ। ਸੋ ਆਓ ਗੁਰਮੁਖ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਵਿਚਾਰ ਪ੍ਰਾਰੰਭ ਕਰੀਏ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਪਣੇ ਆਪਣੇ ਪਰਿਵਾਰ ਅਤੇ ਸਰਬੱਤ ਜੀ ਅਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਵਾਹੇ ਸਾਲੀ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਭਾਈ ਬਲਵੰਡ ਜੀ ਇਸ ਤੀਸਰੀ ਪੌੜੀ ਦੇ ਵਿੱਚ ਫਰਮਾਨ ਕਰ ਰਹੇ ਨੇ, ਜੋ ਵਿਚਾਰ ਪਿੱਛੇ ਚੱਲਦੀ ਆ ਰਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਦੇ ਉੱਪਰ ਭਾਈ ਲਹਿਣਾ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਉੱਪਰ ਬਿਰਾਜਮਾਨ ਹੋਏ। ਜਿਹੜੀ ਵਡਿਆਈ ਅਤੇ ਸ਼ੋਭਾ ਗੁਰੂ ਨਾਨਕ ਸਾਹਿਬ ਦੀ ਹੈ, ਅੱਜ ਉਹੀ ਵਡਿਆਈ ਅਤੇ ਸ਼ੋਭਾ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹੈ। ਅਤੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਸ਼ਬਦ ਦਾ ਲੰਗਰ ਚੱਲ ਰਿਹਾ ਹੈ। ਗੁਰੂ ਦੇ ਪੁੱਤਰ ਭਾਵ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਗੁਰੂ ਨਾਨਕ ਸਾਹਿਬ ਦੀਆਂ ਬਖਸ਼ਿਸ਼ਾਂ ਨਾ ਲੈ ਸਕੇ, ਜਿਹੜੀਆਂ ਬਖਸ਼ਿਸ਼ਾਂ ਭਾਈ ਲੈਣੇ 'ਤੇ ਹੋ ਗਈਆਂ। ਅਤੇ ਭਾਈ ਲੈਣੇ 'ਤੇ ਜੋ ਬਖਸ਼ਿਸ਼ਾਂ ਹੋਈਆਂ, ਦੂਸਰੀ ਪੌੜੀ 'ਚ ਆਪ ਜੀ ਨੇ ਦੱਸਿਆ ਕਿ ਇਹ ਵੀ ਰੱਬ ਦੀ ਰਜ਼ਾ ਹੈ। ਕੌਣ ਹਾਰਦਾ, ਕੌਣ ਜਿੱਤਦਾ, ਇਹ ਸਭ ਉਹਦੀ ਰਜ਼ਾ ਹੈ। ਇਸੇ ਗੱਲ ਨੂੰ ਹੁਣ ਤੀਜੀ ਪੌੜੀ ਵਿੱਚ ਆਪ ਜੀ ਦੁਹਰਾ ਰਹੇ ਹਨ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੀ। ਹੁਣ ਧਿਆਨ ਦੇਣਾ ਇੱਥੇ ਉਚਾਰਨ ਦੇ ਉੱਪਰ। ਜਿਨ ਕੀਤੀ ਸੋ ਮੰਨਣਾ, ਜਿਨ ਕੀਤੀ, ਜਿਸਨੇ ਗੁਰੂ ਨਾਨਕ ਸਾਹਿਬ ਦੇ ਹੁਕਮ ਦੀ ਘਾਲ ਕਮਾਈ ਦੀ ਸੇਵਾ ਕੀਤੀ, ਸੋ ਮੰਨਣਾ, ਉਹ ਮੰਨਣ ਯੋਗ ਹੋ ਗਿਆ। ਭਾਈ ਲੈਣੇ ਨੇ ਜਿਵੇਂ ਗੁਰੂ ਨਾਨਕ ਸਾਹਿਬ ਦਾ ਹੁਕਮ ਆਪਣੇ ਜੀਵਨ 'ਚ ਕਮਾਇਆ ਨਾ, ਉਹਨਾਂ ਨੇ ਜਿਹਨੇ ਗੁਰੂ ਨੂੰ ਪੂਜਿਆ, ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਾਰ ਪੂਜ ਕਰਾਵਾ, ਉਹਨਾਂ ਦੀ ਪੂਜਾ ਗੁਰੂ ਨੇ ਕਰਵਾ ਦਿੱਤੀ। ਹੁਣ ਜਿਸ ਕੀਤੀ ਸੋ ਮੰਨਣਾ, ਜਿਹਨੇ ਕੀਤੀ ਹੈ ਘਾਲ ਕਮਾਈ ਸੇਵਾ, ਹੁਕਮ ਮੰਨਣ ਦੀ ਕਾਰ ਕੀਤੀ ਹੈ, ਸੋ ਮੰਨਣਾ, ਉਹ ਮੰਨਣ ਯੋਗ ਹੋ ਗਿਆ। ਕੋ ਸਾਲ ਜਿਵਾਹੇ ਸਾਲੀ। ਕੋ ਸਾਲ, ਸਾਲ ਦਾ ਅਰਥ ਹੁੰਦਾ ਇੱਕ ਤਾਂ ਸਾਲ ਹੋ ਗਿਆ ਈਅਰ, ਇੱਕ ਸਾਲ ਦਾ ਅਰਥ ਹੁੰਦਾ ਸ੍ਰੇਸ਼ਟ, ਚੰਗਾ। ਜਿਵਾਹੇ, ਜਿਵਾਹ ਹੁੰਦੇ ਆ, ਜਿਵਾਹੇ ਨਹੀਂ ਇੱਥੇ, ਜਿਵਾਹ ਜਿਸ ਤਰ੍ਹਾਂ ਇੱਕ ਫਸਲ ਦਾ ਨਾਂ ਹੈ, ਬੂਟੀ ਦਾ ਨਾਂ ਹੈ। ਸਾਲੀ, ਸੱਸੇ ਨੂੰ ਕੰਨਾ, ਲੱਲੇ ਨੂੰ ਵਿਹਾਰੀ, ਇਹਦਾ ਉਚਾਰਨ ਆਪਾਂ ਉਠਾ ਕੇ ਕਰਾਂਗੇ ਸ਼ਬਦ ਨੂੰ। ਸਾਲੀ, ਸਾਲੀ ਸਾਲੀ ਸ਼ਬਦ ਨਹੀਂ ਕਰਾਂਗੇ ਉਚਾਰਨ, ਸਾਲੀ। ਸਾਲੀ ਕਹਿੰਦੇ ਹਨ ਮੁੰਜੀ ਨੂੰ, ਜੀਰੀ ਨੂੰ, ਧਾਨ ਮੁੰਜੀ ਜਿਹੜਾ ਲਗਾਈ ਜਾਂਦੀ ਹੈ। ਹੁਣ ਜਿਹੜੀ ਇਹ ਚਾਵਲ ਦੀ ਫਸਲ ਹੈ, ਇਹ ਹਮੇਸ਼ਾ ਨੀਵੀਂ ਥਾਂ 'ਤੇ ਲਗਾਈ ਜਾਂਦੀ ਹੈ, ਤਾਂ ਜੋ ਕਿਤੇ ਮੀਂਹ ਪੈਂਦਾ, ਬਰਸਾਤ ਹੁੰਦੀ ਹੈ, ਬਰਸਾਤ ਹੋ ਕੇ ਉਹ ਪਾਣੀ ਉੱਥੇ ਖੜ੍ਹਾ ਹੋਵੇ, ਅਤੇ ਜਿੰਨਾ ਪਾਣੀ ਖੜ੍ਹਾ ਹੁੰਦਾ ਫਸਲ ਵਧੀਆ ਹੁੰਦੀ ਹੈ। ਇੱਕ ਜਿਵਾਹੇ ਹੁੰਦੇ ਆ, ਜਿਵਾਹੇ ਨੂੰ ਇੱਥੇ ਆਪਾਂ ਕਿਵੇਂ ਸਮਝੀਏ, ਇਹਨੂੰ ਥੋੜ੍ਹਾ ਜਿਹਾ ਇੱਦਾਂ ਸਮਝ ਲਓ ਜਿਵੇਂ ਇੱਕ ਘਾਹੀ ਜੀ ਹੁੰਦੀ ਹੈ। ਕਈ ਵਾਰੀ ਕਿਸੇ ਥਾਵਾਂ ਦੇ ਉੱਪਰ, ਟਿੱਬਿਆਂ ਦੇ ਉੱਪਰ ਖਾਸ ਤੌਰ 'ਤੇ, ਟਿੱਬੇ ਕੀ ਹੁੰਦੇ ਨੇ, ਰੇਤੇ ਦੇ, ਮਿੱਟੀ ਦੇ ਢੇਰ ਨੇ, ਅਤੇ ਉਹਨਾਂ ਦੇ ਉੱਪਰ ਜਾਂ ਕਿਤੇ ਉਹ ਇੱਕ ਸਰਾਕੜਾ ਜਿਹਾ ਪੈਦਾ ਹੋ ਜਾਂਦਾ, ਜਾਂ ਨਹਿਰਾਂ ਅਤੇ ਦਰਿਆਵਾਂ ਦੇ ਕੰਢਿਆਂ 'ਤੇ ਪਾਣੀ ਦੇ ਨਾਲ ਮਿੱਟੀ ਦੀਆਂ ਉੱਚੀਆਂ ਢਿੱਗਾਂ ਜਿਹੜੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਉੱਪਰ ਸਰਾਕੜਾ ਜਿਹਾ ਪੈਦਾ ਹੁੰਦਾ। ਇੱਕ ਸਰਾਕੜਾ ਹੁੰਦਾ, ਇੱਕ ਉਹਦੇ ਕੋਲ ਇੱਕ ਉਦੋਂ ਛੋਟੀ, ਉਦੋਂ ਥੋੜ੍ਹੀ ਛੋਟੀ ਬੂਟੀ ਹੁੰਦੀ ਹੈ, ਉਹਦੇ ਥੋੜ੍ਹੇ ਥੋੜ੍ਹੇ ਜਿਹੇ ਬੀਜ ਦਿਖਾਈ ਦਿੰਦੇ ਹੁੰਦੇ ਨੇ, ਅਤੇ ਉਹ ਬੀਜ ਇੱਦਾਂ ਜਿਹੇ ਲੱਗਦੇ ਆ, ਉਹਦੇ ਉੱਪਰ ਜਿਹੜੇ ਲੱਗੇ ਹੋਏ
ਉਹਦੇ ਫਲ ਨੇ ਦੂਰੋਂ ਦੇਖਣ ਨੂੰ ਆਇਆ ਜਿਵੇਂ ਜੌਂਆਂ ਦੀ ਫਸਲ ਹੁੰਦੀ ਹੋਵੇ ਜੀਵਾਂ ਹੈ ਤਾਂ ਉਹ ਇੱਕ ਬੂਟੀ ਜਿਹੀ ਹੋ ਗਈ ਦੇਖਣ ਨੂੰ ਹੈ ਦੋ ਦੋ ਤਿੰਨ ਤਿੰਨ ਫੁੱਟ ਦਾ ਬੂਟਾ ਜਿਹਾ ਹੋ ਜਾਂਦਾ ਉਹ ਪੀਲਾ ਵੀ ਹੋ ਜਾਂਦਾ ਯੈਲੋ ਕਲਰ ਦਾ ਗੋਲਡਨ ਕਲਰ ਦਾ ਹੋ ਜਾਂਦਾ ਸੋਹਣਾ ਵੀ ਲੱਗਦਾ ਪਰ ਛੇਤੀ ਹੀ ਪਤਾ ਲੱਗ ਜਾਂਦਾ ਜਦੋਂ ਹਵਾ ਚੱਲਦੀ ਜੇ ਥੋੜ੍ਹੀ ਵੱਧ ਹਵਾ ਆਵੇ ਉਹਦੇ 'ਚ ਜਾਨ ਨਹੀਂ ਹੁੰਦੀ ਉਹ ਹੇਠਾਂ ਗਿਰ ਜਾਂਦਾ ਦੂਜੀ ਗੱਲ ਉਹਨੂੰ ਕੱਟ ਕੇ ਪਸ਼ੂਆਂ ਨੂੰ ਵੀ ਨਹੀਂ ਪਾਇਆ ਜਾ ਸਕਦਾ ਇੱਕ ਤਾਂ ਹੁੰਦਾ ਨਾ ਵੀ ਚਲੋ ਕਿਤੇ ਘਾਹ ਪੱਠਾ ਪੈਦਾ ਹੋ ਗਿਆ ਪਸ਼ੂ ਤਾਂ ਖਾ ਲੈਣਗੇ ਉਹ ਪਸ਼ੂ ਵੀ ਨਹੀਂ ਖਾਂਦੇ ਅਤੇ ਉਹਨੂੰ ਕਿਸੇ ਹੋਰ ਕੰਮ 'ਚ ਵੀ ਯੂਜ਼ ਨਹੀਂ ਕੀਤਾ ਜਾ ਸਕਿਆ ਉਹ ਉੱਥੇ ਖੜ੍ਹਾ ਖੜ੍ਹਾ ਧੁੱਪਾਂ ਦੇ ਨਾਲ ਮੱਚ ਜਾਂਦਾ ਹੈ ਫੇਰ ਦੁਬਾਰਾ ਹੋ ਜਾਂਦਾ ਤਾਂ ਉਹ ਹੈ ਜ਼ਬਾਹੀਂ ਪਰ ਹੋਵੇਗਾ ਕਿੱਥੇ ਜਿੱਥੇ ਉੱਚੀ ਜਗ੍ਹਾ ਹੋਵੇਗੀ ਹੁਣ ਇੱਥੇ ਆਪ ਜੀ ਸਵਾਲ ਕਰ ਰਹੇ ਨੇ ਕੋ ਸਾਲ ਜਿਵਾਹੇ ਸਾਂਝੀ ਕੋ ਦਾ ਮਤਲਬ ਹੈ ਕਿਹੜਾ ਇਹਨਾਂ ਦੇ ਵਿੱਚੋਂ ਸਾਲ ਦਾ ਮਤਲਬ ਹੈ ਸ੍ਰੇਸ਼ਟ ਇਹਨਾਂ ਦੋਵਾਂ 'ਚੋਂ ਚੰਗਾ ਕਿਹੜਾ ਹੈ ਉਹ ਚੰਗਾ ਹੈ ਜਿਹੜਾ ਉੱਚੀ ਥਾਂ 'ਤੇ ਪੈਦਾ ਹੋਇਆ ਪਰ ਕਿਸੇ ਕੰਮ ਨਾ ਆਇਆ ਜਾਂ ਉਹ ਚੰਗਾ ਹੈ ਜਿਹੜਾ ਨੀਵੀਂ ਥਾਂ 'ਤੇ ਪੈਦਾ ਹੋਇਆ ਪਰ ਕੰਮ ਆ ਗਿਆ ਹੁਣ ਜਿਹੜੀ ਜੀਰੀ ਹੈ ਮੁੰਜੀ ਹੈ ਉਹ ਨੀਵੀਂ ਥਾਂ 'ਤੇ ਪੈਦਾ ਹੋਈ ਹੈ ਉਹਦੇ ਬੀਜ ਵੀ ਕੰਮ ਆ ਗਏ ਚੌਲ ਬਣ ਗਏ ਅਤੇ ਜਿਹੜੀ ਉਹਦੀ ਪਰਾਲੀ ਸੀ ਉਹ ਵੀ ਕੰਮ ਆ ਗਈ ਪਰਾਲੀ ਬੜੇ ਕੰਮ ਆਉਂਦੀ ਆ ਪਸ਼ੂਆਂ ਨੂੰ ਵੀ ਪਾਇਆ ਜਾ ਸਕਦਾ ਟੋਕਾ ਕਰਕੇ ਅਤੇ ਹੋਰ ਵੀ ਕਈ ਤਰ੍ਹਾਂ ਦੇ ਕੰਮ ਉਹ ਨਰਮ ਹੁੰਦੀ ਆ ਸੁੱਗੂ ਵੱਟ ਲੈ ਜਾਂਦੇ ਆ ਗੁੱਪਾਂ ਦੇ ਆਲੇ ਦੁਆਲੇ ਲੱਗ ਜਾਂਦੀ ਆ ਹੋਰ ਕਿੰਨੇ ਕੰਮ ਆ ਜਾਂਦੀ ਆ ਤਾਂ ਆਪ ਜੀ ਕਹਿੰਦੇ ਨੇ ਹੁਣ ਦੱਸੋ ਵੀ ਇੱਕ ਉੱਚੀ ਥਾਂ ਪੈਦਾ ਹੋਇਆ ਪਰ ਕੰਮ ਨਹੀਂ ਆ ਰਿਹਾ ਇੱਕ ਨੀਵੀਂ ਥਾਂ 'ਤੇ ਹੈ ਪਰ ਕੰਮ ਆ ਰਿਹਾ ਇਹਨਾਂ 'ਚੋਂ ਸ੍ਰੇਸ਼ਟ ਕੌਣ ਹੈ ਤਾਂ ਸਾਨੂੰ ਮੰਨਣਾ ਪਏਗਾ ਸ੍ਰੇਸ਼ਟ ਉਹ ਹੈ ਚਾਹੇ ਨੀਵੀਂ ਥਾਂ 'ਤੇ ਪੈਦਾ ਹੋਇਆ ਪਰ ਕੰਮ ਆ ਗਿਆ ਇਸੇ ਹੀ ਤਰ੍ਹਾਂ ਇੱਕ ਗੁਰੂ ਨਾਨਕ ਦੀ ਕੁਲ ਦੇ ਵਿੱਚ ਪੈਦਾ ਹੋ ਰਹੇ ਨੇ ਗੁਰੂ ਕੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਪਰ ਉਹਨਾਂ ਦੇ ਅੰਦਰ ਇੱਕ ਅਜੀਬ ਜਿਹਾ ਇੱਕ ਮਾਣ ਸੀਗਾ ਵੀ ਅਸੀਂ ਤਾਂ ਗੁਰੂ ਦੇ ਪੁੱਤਰ ਹੈ ਸਾਨੂੰ ਇਹ ਸਾਰਾ ਕੁਝ ਮਿਲ ਜਾਣਾ ਉਹ ਜਵਾਹੇ ਦੀ ਤਰ੍ਹਾਂ ਖਾਲੀ ਰਹਿ ਗਏ ਇੱਕ ਭਾਈ ਲੈਣਾ ਜਿਹੜਾ ਨੀਵੀਂ ਨਿਯਮਿਤ ਭਾਵ ਨਿਮਰਤਾ ਨਿਰਮਾਨਤਾ ਵਾਲੀ ਥਾਂ ਦੇ ਉੱਪਰ ਹੈ ਸਧਾਰਨ ਜਿਹੇ ਪਰਿਵਾਰ ਦੇ ਵਿੱਚੋਂ ਹੈ ਪਰ ਉਹਨੇ ਗੁਰੂ ਨਾਨਕ ਦੇ ਗੁਣ ਲੈ ਲਏ ਜਿਵੇਂ ਮੀਹਾਂ ਦਾ ਪਾਣੀ ਕਿਤੇ ਇਕੱਠਾ ਹੋ ਜਾਂਦਾ ਇੱਦਾਂ ਉਹਦੇ ਨੀਵੇਂ ਹਿਰਦੇ ਦੇ ਵਿੱਚ ਉਹਨਾਂ ਦੇ ਨੀਵੇਂ ਹਿਰਦੇ ਵਿੱਚ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਇਕੱਠੀਆਂ ਹੋ ਗਈਆਂ ਜਿਹਨ ਕੀਤੀ ਸੋ ਮੰਨਣਾ ਇਸ ਕਰਕੇ ਗੁਰਮੁਖ ਪਿਆਰਿਓ ਜਿਹੜਾ ਗੁਰੂ ਨਾਨਕ ਦੀ ਸੇਵਾ ਕਰਦਾ ਉਹ ਮੰਨਣ ਯੋਗ ਹੋ ਜਾਂਦਾ ਹੈ ਇੱਥੇ ਇਹ ਨਹੀਂ ਕਿ ਉੱਚੀ ਥਾਂ 'ਤੇ ਜਿਹੜਾ ਉਹੀ ਮੰਨਿਆ ਜਾਏਗਾ ਨਹੀਂ ਜਿਹੜਾ ਗੁਰੂ ਦੇ ਹੁਕਮ ਨੂੰ ਮੰਨੇਗਾ ਜਗਤ ਅੱਗੇ ਉਹਦਾ ਹੁਕਮ ਮੰਨੇਗਾ ਹੁਣ ਜਦੋਂ ਗੁਰੂ ਅੰਗਦ ਸਾਹਿਬ ਤਖ਼ਤ 'ਤੇ ਬੈਠ ਗਏ ਹੁਣ ਉਹਨਾਂ 'ਚ ਗੁਣ ਕਿਹੋ ਜਿਹਾ ਹੈ ਅਗਲੀ ਪੰਕਤੀ ਪਿਆਰ ਨਾਲ ਸਰਵਣ ਕਰੋ ਭਾਈ ਬਲਵੰਡ ਜੀ ਕਹਿ ਰਹੇ ਹਨ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਬੜਾ ਕਮਾਲ ਦਾ ਸ਼ਬਦ ਹੈ ਅਸੀਂ ਤਾਂ ਜਦੋਂ ਧਰਮਰਾਜ ਦੀ ਗੱਲ ਸੁਣਦੇ ਹਾਂ ਤਾਂ ਮੌਤ ਯਾਦ ਆ ਜਾਂਦੀ ਵੀ ਧਰਮਰਾਜ ਕੋਈ ਬੈਠਾ ਹੈ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਧਰਮਰਾਜ ਕੌਣ ਹੈ ਸਿੱਖ ਦੇ ਲਈ ਸਿੱਖ ਦੇ ਲਈ ਧਰਮ ਦਾ ਨਿਆਂ ਕਰਨ ਵਾਲਾ ਕੌਣ ਹੈ ਭਾਈ ਬਲਵੰਡ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਧਰਮ ਰਾਏ ਹੈ ਦੇਵਤਾ ਧਰਮ ਦੇ ਰਾਜ ਦੇਵਤਾ ਰੂਪ ਦਿਵਯ ਦੀਵਾ ਰੂਪ ਚਾਨਣ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਆਪ ਨੇ ਤੇ ਕਿਹੋ ਜਿਹੇ ਕਾਰਕ ਮਾਰੇ ਹਨ ਲੈ ਗੱਲਾਂ ਉਚਾਰਾਂਗੇ ਇੱਥੇ ਆਪਾਂ ਗੱਗਾ ਲੱਲੇ ਨੂੰ ਕਰਨਾ ਗਲਾ ਨਹੀਂ ਕਹਿਣਾ ਇਹਨੂੰ ਗਲਾ 'ਤੇ ਉਚਾਰਨ ਕਰਾਂਗੇ ਕੋਈ ਹੋਰੇ ਗੱਲ ਬਣ ਜਾਏਗੀ ਇੱਥੇ ਕਰਾਂਗੇ ਉਚਾਰਨ ਆਪਾਂ ਗੱਲਾਂ ਲੈ ਗੱਲਾਂ ਉਹ ਲੋਕਾਂ ਦੀਆਂ ਗੱਲਾਂ ਲੈ ਰਹੇ ਨੇ ਗੱਲਾਂ ਤੋਂ ਭਾਵ ਕੀ ਹੈ ਇੱਥੇ ਗੱਲਾਂ ਤੋਂ ਭਾਵ ਹੈ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਜਿਹੜੀਆਂ ਬੇਨਤੀਆਂ ਜਾ ਕੇ ਗੁਰੂ ਅੰਗਦ ਸਾਹਿਬ ਦੇ ਕੋਈ ਸੰਗਤ ਕਰਦੀ ਹੈ ਨਾ ਗੁਰੂ ਸਾਹਿਬ ਉਹ ਲੈ ਲੈਂਦੇ ਨੇ ਉਹ ਬੇਨਤੀਆਂ ਸੁਣ ਲੈਂਦੇ ਨੇ ਕਰੇ ਦਲਾਲੀ ਦਲਾਲੀ ਤੋਂ ਭਾਵ ਹੈ ਵਿਚੋਲਾਪਣ ਕਰਨਾ ਜਿਸ ਤਰ੍ਹਾਂ ਦੋ ਬੰਦਿਆਂ 'ਚ ਸੌਦਾ ਹੁੰਦਾ ਵਿੱਚ ਦਲਾਲ ਹੁੰਦਾ ਉਹ ਦਲਾਲੀ ਕਰਦਾ ਉਹ ਕਹਿੰਦਾ ਭਾਈ ਤੈਨੂੰ ਇੰਨਾ ਉਹ ਖੀਰ ਦੋਹਾਂ ਦਾ ਸੌਦਾ ਕਰਾ ਦਿੰਦਾ ਤਾਂ ਇੱਥੇ ਦਲਾਲੀ ਸ਼ਬਦ ਤੋਂ ਭਾਵ ਇਹ ਕੋਈ ਮਾੜਾ ਸ਼ਬਦ ਨਹੀਂ ਹੈ ਇਹ ਕੋਈ ਇਹਨੂੰ ਨੈਗੇਟਿਵ ਸੈਂਸ ਵਿੱਚ ਨਹੀਂ ਲਿਆ ਹੈ ਗੁਰਬਾਣੀ ਦੇ ਵਿੱਚ ਦੇਖੋ ਜੀਵਾਂ ਦੀਆਂ ਅਰਦਾਸਾਂ ਗੁਰੂ ਲੈ ਕੇ ਰੱਬ ਪਰਮਾਤਮਾ ਵਿੱਚ ਅਤੇ ਜੀਵਾਂ ਦੇ ਵਿੱਚ ਗੁਰੂ ਵਿਚੋਲਾਪਣ ਕਰ ਰਿਹਾ ਹੈ ਇੱਥੋਂ ਇਹ ਵੀ ਸਪਸ਼ਟ ਹੋ ਗਿਆ ਕਿ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਹੇ ਜੀਵ ਤੂੰ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਗੁਰੂ ਕੌਣ ਹੈ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ
गुरु धर्म का देवता है, देवता मतलब दिव्य रूप चानण देने वाला, धर्म का ज्ञान देने वाला है। ते उक तो आड़ियां गल्लां तो आड़ियां अरदासां लैके रब ते तुहाडे विच विचोलापन रखण वाला, तुहानू परम सत्या नाल जोड़न वाला है। सतगुर आखै सच्चा करे सा बात होवै दरहानी, गुर अंगद दी दोही फिरी सच करतै बंद बहाली। तो हुण इस तो अगे होर बचन भाई बलवंड जी तीन नंबर पौड़ी च फरमा रहे हैं। कहिंदे हुण जीवां दीआं अरदासां लै के गुरु साहब सच्चे पातशाह अकाल पुरख वाहिगुरु जी दे नाल जीवां दा तालमेल कर देंदे हैं। हुण फिर अगे की वापरदा है, सतगुर आखै सच्चा करे, फिर इदों बाद गुरु साहब जो मुख तो कह देंदे ने सच्चा करे। सच्चा दा अर्थ है सदा रहण वाला अकाल पुरख वाहिगुरु परम सत्या, जो आदि सच जुगाद सच है भी सच है, ते अगे नूं भी नानक होसी भी सच होवेगी। तो वह परम सत्या जिहड़ी है वह उदा ही कर देंदे आ जिवें गुरु अंगद साहब कहिंदे आ, सतगुर आखै सच्चा करे सा बात होवै दरहाली। वह जिहड़ी बात है दरहाल हो जाती है, दरहाल का मतलब की हुंदा है, एट द सेम मूवमेंट उस ही समय जिस वेले उन्होंने कह दिती इंस्टेंटली उस टाइम उ गल हो जानी है। बस जदों मेरे पातशाह गुरु अंगद साहब जी उन्होंने चरणों च कोई बेनती करता है, सतगुरु बेनती सुन लै, ध्यान देना बेनतियां सारे करते हैं, पर वह हिरदा वो आवाज़ जिहड़ी पवित्र जिहड़े आवाज़ गुरु तक पहुँचे उदा की बेनती साडे हिरदे चो कदे कदे निकलती है। पर जदों निकल गई गुरु तक पहुंची, कहिंदे गुरु साहब फिर उस ही वेले बख्शिश करते हैं। तो जदों बख्शिश करते हैं ना, जिहड़ा बचन कह दिता सतगुर आखै सच्चा करे, सच्चा वाहिगुरु उदा ही कर दिंदा। कोई टाइम लाउंदा उहदे विच, सा बात होवै दरहाली, दरहाल उस ही वेले तुरंत वो गल उदा ही हो जाती है। गुर अंगद दी दोही फिरी सच करता है बंद बहाली। इस तरह गुरु अंगद साहिब की दोही, दोही का अर्थ है वड्याई दियां आवाजां, चर्चा गुरु अंगद साहब की वड्याई की चर्चा सारे किते फिर गई है। सच करता है बंद बहाली, सच सदा रहने वाले करता पुरख वाहिगुरु जी ने, बंद का अर्थ है बन के, बहाली का अर्थ है बहाल कीती है। ये कोई इदा नहीं सी कि गुरु का कोई प्रोपेगंडा सी कि दुनिया के विच किसे तरीके ना, जिस तरह कंपनियां अपना समान अपने प्रोडक्ट जां कोई नकली गुरु अपने चेले बना बना के कोई अपना प्रचार करा लैंदा, इदा नहीं। सच्चा पुरख वाहिगुरु करता पुरख जो है ये उन्हें आप ही मर्यादा बन दिती है, निजम बना दिता भी जिहड़ा गुरु नानक दे तख्त ते बैठे है इहदी वड्याई भी गुरु नानक की तरह ही करवानी है। इस तरह मेरे पातशाह गुरु अंगद साहिब जी की वड्याई हो रही है। नानक काया पलट कर मल तख्त बैठा सह डाली, दर सेवे उमत खड़ी मस्क लै हुए जंगाली। अज गुरु नानक साहब सच्चे पातशाह ना काया पलट कर, काया दा अर्थ है शरीर, शरीर बदल के मल तख्त बैठा सह डाली। सह का अर्थ है सैकड़े, सह शब्द जदों आएगा सैकड़े लई आउंदा बहुत वारी। डाली का अर्थ है डालियां, दरख्त दियां टहणियां, भाव बहुत वड्डा पसंदा। गुरु नानक दे दरख्त दियां सैकड़े ही टहणियां ने, बड़ा वड्डा पसंदा। अज गुरु नानक महाराज अपनी काया नूं शरीर नूं पलट के गुरु अंगद साहब दे रूप दे विच सैकड़े टहणियां वाले एक बड़े वड्डे दरख्त का बोर्ड का रूप बन के वह तख्त नूं मल बैठे हैं। दर सेवे उम्मत खड़ी, उम्मत का अर्थ होंदा फॉलोअर, मनण वाले, जो गुरु अंगद साहब जी नूं मनण वाले उन्होंने प्यारे गुरसिख ने उन्होंने दर ते खड़े हुए सेवदे हैं, उन्होंने जप रहे हैं हुक्म गुरु साहब का कोई होवे दे लई तत्पर खड़ी है संगत। मशकल है होए जंगाली, ते जिहड़ा गुरु दे दर ते खड़ा है ना तत्पर होके, उत्ते किड्डी कोई रहमत होंदी है। मशकल वो मशकल, तो मशकल का अर्थ होंगे जिस तरह रेग मार होंगे,
जंगाली का अर्थ है जंगाल लग्या हो जर लगने किसी चीज़ को जर लगी हुई हो रेक मार मार दिता जाए जर लह जाती है। इदा ही कहते जो गुरु के दर से तत्पर होकर खड़ा भी सतगुरु मेरा करो गुरु के दर से खलोना गुरु के अगे अरदासा करनिया यह सेवा इस तरह है जिहड़ी मनुख के उपर लगी हुई जंगाल नू विशिया विकारा दी इस जंगाल नू इस जर नू उतार दिंदी है। दर दर वेसख समद नाए सच्चे बाणी लाली बलवंड खीवी नेक जन जिस बहुती छाओ पतराली। तो आप जी बख्शिश कर रहे दर दरवेश खसम है दर का अर्थ है दर दरवेश का अर्थ होंगे है दर ते मंगण वाला खसम दे दर ते मंगण वाला गुरु नानक दे दर ते मंगण वाले आप बन के भाई लैने ने गुरु नानक अगे अरजोइयां कीतियां गुरु नानक पातशाह नूं अपना आपा समर्पण किया इस करके गुरु नानक दियां बख्शिशां दे पात्र बन के ना नाए सच्चे बाणी लाली सच्चे नाम दे नाल जुड़ गए अज सच्चे नाम दे नाल जुड़न दे सदका उन्हां दी बाणी उन्हां दी घाट ऐसी घड़ी गई उन्हां दे बोल विच ऐसी बणतर बन गई उन्हां दी लाली लाल हो गए लाल लाली तो भाव है इहनूं मुख उजला भी कहा बाणी दे विच एक वो है जिहड़ा मुख काला हो जाना मुख छपाउणा मुख पलितन आ जाणी इह अगे बचन आवेगा ते एक वो है जिसने चेहरे ते लाली आ जाए लाली आ जानी चाओ चढ़ जाना मिलाप का आनंद बनना खुशी बानी तो चेहरा लाल हो जाता है। बाणी च पंक्तियां आउंदियां ना कवन बनी री तेरी लाली कवन रंग तू भई गुलाली जी विस्तरी नूं पुछिया कहिंदे अज तू बड़ी लाली है तेरे चेहरे ते कहिंदी मैनूं मेरे प्रीतम प्यारे दे आउण दा सुनेहा मिल गया उहदे आउण दी खुशी विच मेरे अंदर इह लाली बन गई। बाणी च पंक्ति आउंदी है सोए सुनंदड़ी मेरा तन मन मौला नाम जपंदड़ी लाली पंध जलंदड़ी मेरा अंदर ठंडा गुरदर्शन देख निहाले। तो यह स्टैप बाय स्टैप जो बंदा इस पासे चलता है तो वो शरीरक तौर पर भी चेहरे पर वो मुखमंडल से वो स्वरूप क्यों जो मन की अवस्था है देखो मन जिहड़ा है वो शरीर पर असर करते ही करता चेहरा दस दिंदा मन के विच की है जिस तरह एक इंग्लिश के विच कहा जाता है टैक्स ऑफ माइंड जो मन में है चेहरा वह शीशा है इंडैक्स है माइ मेरे व्यवस्था वो दिखाई दे जाता है। अज चेहरे उपर लाली हैगी योजी घाट गुरु अंगद साहब की घड़ी गई कारण क्यों गुरु नानक के दर के दरवेश बन गए गुरु नानक के दर के मंगते बन गए। हुण होया कि बलवंड खीवी नेक जन जिन बहुती छौ पत्राली बलवंड इत्थे नाम आ गया तीसरी पौड़ी दे विच भाई बलवंड जी गुरु घर दे रबाबी जदों ओह बाणी उचार कर रहे ने अपना नाम विच मोहर छाप ला दित्ती कवियां दे नाम दे विच छाप लगदी है जदों भगत अपनी बाणी उचारण करदे ने तां ओह अखीर ते शब्द च अपने नाम दी मोहर छाप ला दिंदे है। इसे तरह गुरु ग्रंथ साहब दे विच जदों भट्टां ने बाणी लिखी है उन्हां भट्टां दे नाम बाणी दे विच दर्ज हो जदों भट्टां तों इलावा सिखां दी बाणी आई है तीन सिखां दी बाणी आई भाई सुंदर जी दी बाणी आई गुरु अमरदास साहब दे पड़पोतरे दी उत्थे भी उन्होंने कहा कहे सुंदर सुंदर जी का नाम आ गया। तो इदां ही भाई सत्ता जी ते बलवंड जी ने जो है राम कली की वार उचारण की है ये भाई सत्ता जी और बलवंड जी का नाम आता ता जो पता लगे भी उन्होंने उचारण की हुई यह वार है। पर एक गल ध्यान च रखनी जदों गुरु नानक की जोत ने बाणी उचारण की चाहे गुरु अंगद साहब गुरु अमरदास महाराज गुरु रामदास महाराज उन्होंने अपनी वक्री मोहर छाप नहीं लाई उन्होंने गुरु नानक साहब के नाम की ही मोहर छाप लाई है उन्होंने एको ही मोहर छाप रखी गुरु पातशाहियां ने पर भगत ने जां भट्टां ने जां गुरसिखां ने जिहड़ी बाणी उचारण की उत्थे उन्हां दी छाप उदां ही रहण दित्ती है उत्थे नहीं कहा भी इत्थे तुसीं गुरु नानक साहब का नाम ही लिखो इदां नहीं कहा। तो यह एक मौलिकता नूं बरकरार रखिया ते सानू दसण लई भी दसे गुरु एक जोत ने उन्होंने एको नाम दे हेठां फिर संदेख दे विच बाणी लिखी है। तो बलवंड दा अर्थ है भाई बलवंड जी रबाबी उह कहिंदे हन हे बलवंड केवल गुरु अंगद साहब की महिमा करिए कहिंदे गुरु अंगद साहब के दरबार दे विच होर बेंत बख्शिशां हो रही उन्हां चों एक लंगर दे वल भी दर्शन कराउंदे ने फिर सानू कहिंदे लंगर वाले तक
ਉੱਥੇ ਕੀ ਹੋ ਰਿਹਾ ਹੈ? ਖੀਵੀ ਨੇਕ ਜਨ, ਖੀਵੀ ਇੱਕ ਨਾਮ ਹੈ। ਖੀਵੀ ਕੌਣ ਹਨ? ਖੀਵੀ ਨਾਮ ਹੈ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪਤਨੀ ਦਾ। ਸੁਪਤਨੀ ਤੋਂ ਭਾਵ ਪਤਨੀ, ਉਹਨਾਂ ਦੀ ਵਾਈਫ। ਸਤਿਕਾਰ ਨਾਲ ਆਪਣੇ ਗ੍ਰੰਥਾਂ ਦੇ ਵਿੱਚ ਪਤਨੀ ਦਾ ਜਿੱਥੇ ਜ਼ਿਕਰ ਹੁੰਦਾ ਉਹਨੂੰ ਕਿਹਾ ਜਾਂਦਾ ਮਹਿਲ, ਗੁਰੂ ਅੰਗਦ ਸਾਹਿਬ ਦੇ ਮਹਿਲ, ਮਾਤਾ ਖੀਵੀ ਜੀ। ਇਸੇ ਕਰਕੇ ਬਹੁਤ ਥਾਵੇਂ ਜਦੋਂ ਲੰਗਰ ਹਾਲ ਬਣਾਏ ਜਾਂਦੇ ਆ ਗੁਰਦੁਆਰਾ ਸਾਹਿਬਾਨ ਵਿੱਚ, ਬਹੁਤ ਗੁਰਦੁਆਰਿਆਂ ਵਿੱਚ ਲੰਗਰ ਹਾਲ ਦਾ ਨਾਮ ਮਾਤਾ ਖੀਵੀ ਜੀ ਲੰਗਰ ਹਾਲ ਰੱਖਿਆ ਜਾਂਦਾ ਹੈ, ਤਾਂ ਜੋ ਉਹ ਸ਼ਖਸੀਅਤ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲੰਗਰ ਵਰਤਾਉਣ ਕਰਕੇ ਆਏ ਆ। ਅਤੇ ਸਾਨੂੰ ਇਹ ਪ੍ਰੇਰਣਾ ਵੀ ਦਿੱਤੀ ਹੈ ਵੀ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਚਾਰ ਕਰਦੇ ਨੇ ਉੱਥੇ ਮਾਤਾ ਖੀਵੀ ਜੀ ਵੀ ਪ੍ਰਚਾਰ ਕਰਦੇ ਸਨ, ਗੁਰੂ ਘਰ ਦਾ ਪ੍ਰਬੰਧ ਸੰਭਾਲਦੇ ਸਨ। ਭਾਵ ਗੁਰੂ ਸਾਹਿਬ ਨੇ ਔਰਤਾਂ ਨੂੰ, ਇਸਤਰੀਆਂ ਨੂੰ ਵੀ ਇਸ ਪ੍ਰਬੰਧ ਦੇ ਵਿੱਚ ਲੈ ਕੇ ਆਉਂਦਾ। ਅਤੇ ਇੱਕ ਪਤੀ ਅਤੇ ਪਤਨੀ ਜਦੋਂ ਮਿਲ ਕੇ ਕਿਸੇ ਕਾਰਜ ਵਿੱਚ ਸੇਵਾ ਕਰਦੇ ਹੈ ਤਾਂ ਉਹਦੇ 'ਚ ਕਾਮਯਾਬੀ ਮਿਲਦੀ ਹੈ। ਸਾਡੇ ਲਈ ਵੀ ਇੱਕ ਸੇਧ ਹੈ, ਪਤੀ ਅਤੇ ਪਤਨੀ ਦੇ ਰੂਪ 'ਚ ਜਦੋਂ ਆਪਾਂ ਗ੍ਰਸਥ ਜੀਵਨ 'ਚ ਵਿਚਰਦੇ ਹਾਂ ਵੀ ਇੱਕ ਦੂਜੇ ਦੇ ਸਾਥੀ ਬਣ ਕੇ ਚੱਲਣਾ ਆਪਾਂ ਨੇ। ਤਾਂ ਬਲਵੰਡ ਜੀ ਕਹਿ ਰਹੇ ਹਨ, ਬਲਵੰਡ ਇੱਥੇ ਵਿਸ਼ਰਾਮ ਦੇਵਾਂਗੇ ਆਪਾਂ। ਖੀਵੀ ਨੇਕ ਜਨ, ਜਨ ਸ਼ਬਦ ਹੈ, ਇੱਕ ਹੈ ਜਨ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ। ਜਨ ਨਾਨਕ ਸ਼ਬਦ ਬਹੁਤ ਵਾਰੀ ਆਵੇਗਾ। ਜਨ ਦਾ ਅਰਥ ਹੁੰਦਾ ਹੈ ਸੇਵਕ। ਇੱਕ ਸ਼ਬਦ ਹੈ ਜੱਜੇ ਦੇ ਪੈਰ 'ਚ ਆਪਾਂ ਥੋੜ੍ਹਾ ਬਿੰਦੀ ਲਗਾ ਕੇ ਜ਼ੇਰ ਰੂਪ ਦੇ ਵਿੱਚ ਉਹਨੂੰ ਉਚਾਰਾਂਗੇ ਜਨ। ਕਾਰਨ ਕੀ ਹੈ ਉਚਾਰਨ ਵੱਖਰਾ ਕਰਨ ਦਾ? ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਬਿੰਦੀ ਨੇ ਲੱਗੀ ਹੋਈ, ਮੈਂ ਰਿਪੀਟ ਕਰਦੇ ਹਾਂ ਗੱਲ। ਉਚਾਰਨ ਦੇ ਲਈ, ਸਮਝਣ ਲਈ ਵੀ ਇੱਥੇ ਜੋ ਜਨ ਸ਼ਬਦ ਵਰਤ ਰਿਹਾ ਜਾ ਰਿਹਾ ਇਹਦਾ ਅਰਥ ਕੁਝ ਵੱਖਰਾ ਹੈ, ਤਾਂ ਇਹਨੂੰ ਜਨ ਉਚਾਰਨ ਕਰ ਦਿਆਂਗੇ। ਕਿਉਂ ਬਿੰਦੀ ਵਾਲੇ ਸ਼ਬਦ ਗੁਰੂ ਸਾਹਿਬ ਜੀ ਵੇਲੇ ਪ੍ਰਚਲਿਤ ਨਹੀਂ ਸਨ, ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਸ਼ਬਦ ਦੇ ਪੈਰਾਂ 'ਚ ਬਿੰਦੀ ਲੱਗੀ ਹੈ, ਅਤੇ ਨਾ ਕਿਸੇ ਵੀ ਸ਼ਬਦ ਉੱਪਰ ਅਧਕ ਲੱਗੀ ਹੋਈ ਹੈ। ਅਧਕ ਵੀ ਉਦੋਂ ਪ੍ਰਚਲਿਤ ਨਹੀਂ ਸੀ, ਇਹ ਅੰਡਰਸਟੂਡ ਗੱਲਾਂ ਨੇ ਵੀ ਉਚਾਰਨ ਕਰਦੇ ਹੋਏ ਆਪਣੇ ਆਪ ਵੀ ਤੁਸੀਂ ਆਪਣੀ ਕੋਮਨ ਸੈਂਸ ਤੋਂ ਕੰਮ ਲੈਂਦੇ ਹੋਏ ਉਚਾਰਨਾ। ਜਨ ਸ਼ਬਦ ਦਾ ਅਰਥ ਕੀ ਹੈ ਇਹ ਸਾਨੂੰ ਇਹਦਾ ਪਤਾ ਲੱਗੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਗ ਆਉਂਦਾ ਹੈ 721, ਜੋ 2 ਸੈਂਚੀਆਂ ਆਪਣੇ ਘਰਾਂ ਵਿੱਚ ਆਪਾਂ ਪਾਠ ਕਰਦੇ ਹਾਂ। ਪਹਿਲੀ ਸੈਂਚੀ 720 ਅੰਗ ਤੱਕ ਸੰਪੂਰਨ ਹੋ ਜਾਂਦੀ ਹੈ, 721 ਤੋਂ ਅਗਲੀ ਸੈਂਚੀ ਆਰੰਭ ਹੁੰਦੀ ਹੈ, ਅਤੇ ਉੱਥੇ ਰਾਗ ਸ਼ੁਰੂ ਹੁੰਦਾ ਤਿਲੰਗ। ਤਿਲੰਗ ਰਾਗ ਦੇ ਵਿੱਚ ਪਹਿਲੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਹੈ, ਅਤੇ ਪਹਿਲੇ ਹੀ ਸ਼ਬਦ ਫਾਰਸੀ ਦੇ ਵਿੱਚ ਉਚਾਰਨ ਕੀਤਾ ਹੋਇਆ, ਅਰਬੀ ਅਤੇ ਫਾਰਸੀ ਦੇ ਉਹਦੇ ਸ਼ਬਦ ਨੇ। ਉੱਥੇ ਗੁਰੂ ਨਾਨਕ ਸਾਹਿਬ ਦੇ ਬਚਨ ਆਉਂਦੇ ਨੇ ਜਨ ਪਿਸਰ ਪਦਰ ਬਿਰਾਦਰਾਂ, ਹੁਣ ਇਹ ਸਾਰੇ ਫਾਰਸੀ ਦੇ ਸ਼ਬਦ ਨੇ। ਜਨ ਜਨ ਦਾ ਮਤਲਬ ਇਸਤਰੀ, ਔਰਤ, ਵਾਈਫ। ਪਿਸਰ ਪਿਸਰ ਕਹਿੰਦੇ ਨੇ ਪੁੱਤਰ ਨੂੰ, ਪਤਨੀ ਅਤੇ ਪੁੱਤਰ ਬੱਚੇ ਆਦਿਕ। ਪਿਸਰ ਪਦਰ ਬਿਰਾਦਰਾਂ, ਪਦਰ ਕਹਿੰਦੇ ਨੇ ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਫਾਦਰ, ਫਾਦਰ ਤੋਂ ਹੀ ਪਦਰ ਸ਼ਬਦ ਇਹ ਆਪਸ 'ਚ ਬਹੁਤ ਮਿਲਦੇ ਜੁਲਦੇ ਆ। ਬਿਰਾਦਰਾਂ, ਬਿਰਾਦਰ ਸ਼ਬਦ ਇੰਗਲਿਸ਼ 'ਚ ਕਹਿੰਦੇ ਨੇ ਬ੍ਰਦਰ, ਪੰਜਾਬੀ 'ਚ ਆਪਾਂ ਕਹਿੰਦੇ ਹਾਂ ਭਰਾ। ਤੋ ਇੱਦਾਂ ਰਿਸ਼ਤਿਆਂ ਦਾ ਜ਼ਿਕਰ ਕਰਦੇ ਹੋਏ ਪਤਨੀ ਦੇ ਲਈ ਜਨ ਸ਼ਬਦ ਵਰਤਿਆ ਉੱਥੇ, ਜਨ ਪਤਨੀ। ਤੋ ਇਹਦਾ ਸ਼ੁੱਧ ਉਚਾਰਨ ਅਰਥ ਦੇ ਮੁਤਾਬਕ ਜਨ ਕੀਤਾ ਜਾਂਦਾ ਹੈ, ਭਾਵ ਇਸਤਰੀ, ਔਰਤ। ਤੋ ਬਲਵੰਡ ਜੀ ਕਹਿ ਰਹੇ ਨੇ, ਬਲਵੰਡ ਖੀਵੀ ਨੇਕ ਜਨ ਜਿਣ ਬਹੁਤੀ ਛਾਉਂ ਪਤਰਾਲੀ। ਹੇ ਬਲਵੰਡ, ਮਾਤਾ ਖੀਵੀ ਜੀ ਇੰਨੀ ਨੇਕ ਇਸਤਰੀ ਹਨ ਜਿਨ੍ਹਾਂ ਦੇ ਕੋਲੇ ਬੈਠਣਾ ਇਸ ਤਰ੍ਹਾਂ ਹੈ ਬਹੁਤੀ ਛਾਉਂ ਪਤਰਾਲੀ, ਜਿਵੇਂ ਕਿਸੇ ਦਰਖਤ ਦੇ ਉੱਪਰ ਬਹੁਤ ਪੱਤੇ ਹੋਣ ਅਤੇ ਸੰਘਣੀ ਛਾਂ ਹੋਵੇ। ਗਰਮੀਆਂ ਦੇ ਵਿੱਚ ਕਿਸੇ ਸੰਘਣੀ ਛਾਂ ਵਾਲੇ ਦਰਖਤ ਹੇਠਾਂ ਬੈਠੀਏ ਨਾ ਆਨੰਦ ਆ ਜਾਂਦਾ। ਅਤੇ ਇਸ ਤਰ੍ਹਾਂ ਮਾਤਾ ਖੀਵੀ ਜੀ ਐਸੀ ਨੇਕ ਇਸਤਰੀ ਨੇ, ਜੇ ਉਹਨਾਂ ਦੇ ਕੋਲੇ ਬਹਿੰਦੇ ਹਾਂ ਤਾਂ ਮਾਤਾ ਖੀਵੀ ਜੀ ਦੀ ਛਾਂ ਆਪਣੇ ਸਿੱਖ ਪੁੱਤਰਾਂ, ਸਿੱਖ ਧੀਆਂ ਦੇ ਉੱਪਰ, ਸੰਗਤ ਦੇ ਉੱਪਰ ਐਵੇਂ ਹੈ ਜਿਵੇਂ ਬਹੁਤੇ ਪੱਤਰਾਂ ਵਾਲੇ ਦਰਖਤ ਦੀ ਗੂੜੀ ਸੰਘਣੀ ਤੇ ਠੰਡੀ ਛਾਂ ਹੁੰਦੀ ਹੈ। ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ, ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਹੁਣ ਮਾਤਾ ਖੀਵੀ ਜੀ ਸੇਵਾ ਕੀ ਕਰਦੇ ਨੇ, ਉਹਨਾਂ ਦੀ ਇੰਨੀ ਵਡਿਆਈ ਕਿਉਂ ਹੋ ਰਹੀ ਹੈ? ਇਹ ਇੱਕ ਇਤਿਹਾਸਕ ਸਬੂਤ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਡੇ ਕੋਲ। ਤਾਂ ਮੈਂ ਸ਼ੁਰੂ ਦੇ ਵਿੱਚ ਹੀ ਕਿਹਾ ਸੀ ਵੀ ਰਾਮ ਕਲੀ ਕੀ ਵਾਰ ਕੇਵਲ ਸਿੱਖ ਫਿਲੋਸਫੀ ਨੂੰ ਹੀ ਨਹੀਂ ਦੱਸ ਰਹੀ, ਸਿੱਖ ਫਿਲੋਸਫੀ ਦੇ ਨਾਲ ਨਾਲ ਸਿੱਖ ਹਿਸਟਰੀ ਨੂੰ ਵੀ ਦੱਸ ਰਹੀ ਹੈ, ਇਤਿਹਾਸ ਨੂੰ ਵੀ ਦੱਸ ਰਹੀ ਹੈ।
तो माता खीवी च इन्ने नेक क्यों ने, संगत नूं इन्ना प्यार, तां फिर उहदे उदाहरण दे रहे ने, लंगर दौलत वंडी है। गुरु अंगद साहब जिवें शब्द की दौलत वंड रहे ने, माता खीवी लंगर की दौलत वंड रहे ने। लंगर भी किहो जिहा तैयार करदे ने, रस अमृत खीर घ्याली, बड़ी ही रसदायक, अमृत वर्गी। जो किसी चीज़ का स्वाद बहुत गूढ़ा दसना हो, मिठा दसना हो, उत्थे शब्द अमृत गुरबाणी विच वरत्या जाता है। अमृत नाम अमृत लई भी वरत्या है, ते अमृत जिहड़े चंगे पदार्थ ने उन्हां लई भी वरत्या है। जिह प्रसाद छत्ती ही अमृत खाहे, तिस ठाकुर को रख मन माहे। तो अमृत इत्थे आ गया। पशु हो मिले चंगियाइयां, खड़ खावै अमृत दे, मिठा दुध दिंदे हन पशु। इत्थे दुध दे लई अमृत शब्द वरत दिता। पर दूजे पासे जदों नाम की गल आई, तो उत्थे फिर गुरु साहब ने कह दिता, नानक अमृत एक है, दूजा अमृत ना है। नाम की जदों गल करोगे, उहदे नाल कंपेयर करोगे किसी चीज़ नूं, फिर गुरु साहब कहते नहीं, वह एक ही है, उहदे नाल नहीं। उदा चंगीआं चीज़ां हन जिहड़ीआं तुहाडे शरीर नूं, तुहाडे मानसिक सेहत नूं वधिया कर सकदीआं ने, वह भी अमृत तों लिखी हन जिहड़ीआं, उहनां दा भी जिक्र बाणी चाहुंदा है। तो अमृत वर्गी खीर घ्याली, घ्याली का अर्थ है जिहदे विच घ्यो पाया होया होवे। घ्यो पा के खीर दे विच बड़ी रसदायक, बहुत वधिया खीर माता खीवी जी संगतां विच वरतांदे है। तो संगतां विच इदां ने जिवें किसी ठंडे दरख्त की ठंडी छां होवे, बहुत संघने दरख्त की ठंडी छां होवे, इदां माता खीवी जी की शख्सियत है, उन्हां दा व्यक्तित्व है, इस तरह का इदां दी परसनैलिटी है। गुरसिखां के मुख उजले, मनमुख थीए पराली। जिहड़े गुरसिख आउंदे ने गुरु अंगद साहब दे हजूर बहिंदे ने, आत्मा तृप्त हो जाती है शब्द दा लंगर छक के। माता खीवी जी दे सनमुख आउंदे ने, घ्यो वाली खीर छकदे आ, शरीर तृप्त हो जाता। गुरसिखां दे मुख उजले हो रहे ने, कहिंदे आहा हा हा, जदों गुरु दे घर चाहीदा, तन भी तृप्त, मन भी तृप्त, आनंद आ गया, बड़े खुश, बड़े चाओ च। मनमुख थीए पराली, पर जेडे मनमुख ने गुरु तो बेमुख ने, नहीं चाहते गुरु की वड्याई देखनी, गुरु के शरीक बन गए, गुरता गद्दी लई हथ पैर मारते रहे, उन्हां दे मुख किहो जे ने? मनमुख थीए पराली। पराली हुंदी है ना, जिवें पहला जिक्र आया सी मुंजी दा, जीरी दा, तां उहदे च जदों दाणे कढ लै जाण, पिछे पराली रह गई। पराली की है? पीले रंग दी, पराली दा रंग पीला है। पीला रंग मनुख का कदों हों? इंसान का, इंसान के चेहरे का रंग पीला उदों हों जो अंदरों खून सुकन लग जाए, नवा खून ना बने, बहुत भयभीत हो जाए, शरीर के स्थिरता आ जाए, भयभीत हो जाए, तो उस वेले रंग चेहरा पीला पै जाता, भाव के अंदरों बहुत ज़्यादा दुखी हो जाना, जा भयमान हो जाना, जा कह दो भी नवा खून बन नहीं हट गया, भाव शरीर के एनर्जी ना रह गई। हूँ जिहड़े मनमुख ने, मन पिछे चलण वाले गुरु के दुखी ने ना, वह गुरु की शोभा देख के, गुरु के लंगर की शोभा देख के, उन्होंने चेहरे चेहरे इदा पीले पै गए जिहो जी पराली होंदी है, पावो इस तरह बुसे हुए मूँह नाल फिरदे हन। पए कबूल खसम नाल, जा काल मरदी काली, माता की शह सोए जिन गोए उठाली। हुण आप जी बख्शिश करदे हन, कहिंदे गुरु अंगद साहब, पै कबूल खसम नाल, अपने खसम मालिक दे दर ते प्रवान हो गए, जां घाल मरदी घाली, मर्दां वाली घाल उन्होंने घाली है। गुरु दे हुक्म नूं मनना कोई सौखा ते सहज वाली गल नहीं, इह बड़ी तकड़ी घाल है जिहड़ी घालनी पैंदी है, पर उन्होंने घाली। हुण माता खीवी शौह सोए, माता खीवी जी का शौ, माता खीवी जी का मालिक ओह है जिन गोए उठाली। गोए का अर्थ होंगे धरती, जिन्हें धरती उठाई हुई है, धरती चुकी हुई है, भाव जिसने धरती का भार चुकया होया, लोगों दी अरदासां बेनतियां दुख सुख सारा जो सुन रहा है दुनिया के विच सारिया ते, तां उह माता खीवी जी का शौ है, वह माता खीवी जी का मालिक है। तो इस तरह मेरे पातशाह जी समझा रहे हैं, मेरे पातशाह गुरु ग्रीन वाज गुरु अंगद साहब के दर की वड्याई आप जी कर रहे हैं, आप जी दस रहे हैं
कि माता खीवी जी का शौ माता खीवी जी के मालिक भाव गुरु अंगद साहब जी ओह हैं जिन्होंने सारे लोगों का वजन सारे लोगों अरदासां का वचन अपने शीश के उपर चुकया होया है। हाँ जी होरियों गंग वहाई है दुनियाई आखै के क्यों नानक ईश्वर जगन्नाथ उचह दीवैन विर क्यों। ते इथों अगे हुण आप जी फरमा रहे हैं। हाँ जी इस तों अगे हुण चौथी पौड़ी शुरू हो जाती है। ध्यान देने इस गल दे उपर चौथी पौड़ी शुरू होएगी इतों फिर दोबारा गल रिपीट होनी शुरू होगी। गुरु अंगद साहब के गुरता गद्दी मिलन का जिक्र होना शुरू हो गया है तो यह मतलब इतों हुण भाई सत्ता जी की बाणी शुरू हो गई। भाई सत्ता जी बलवंड जी दोवें रबाबी ने गुरु घर के दोहां ने रल मिल के वार उच्चारण की है ता करके हुण आपां नूं किवें पता लगे भी भाई सत्ता जी दी किन्नियां पौड़ियां बलवंड जी दीआं किन्नियां ने। तो प्रोफेसर साहब सिंह जी ने बा कमाल दलीलां दे के गल समझाई ते इत्थे हुण आप जी बख्शिश कर रहे ने। पहला मैं प्रोफेसर साहब सिंह दी गल कर रहा उन्होंने यह गल दसी कहिंदे भी देखो जिवें पिछे टॉपिक चलदा आ रहा सी गुरु नानक साहब दी गल हो चुकी है गुरु अंगद साहब दी गल हो गई गुरु अंगद साहब च जिहड़ियां बरकतां उन्हां दी गल हो गई ए गुरु अंगद साहब के हजूर प्रचार किवें हो रहा माता खीवी किवें साथ दे रहे वह भी गल हो गई। हुण जदों इत्थों चौथी पौड़ी शुरू हुंदी है ना फिर गुरु नानक की गुरता गद्दी देण की गल दुबारों चल पैंदी है। इहदा मतलब यह है कि हुण चौथी पौड़ी तो भाई सत्ता जी शुरू कर रहे हैं दुबारों वह फिर उत्थों ही गुरु नानक साहब के गुरता गद्दी देण तो गल लैके दुबारा शुरू कर रहे हैं क्योंकि जे तो भाई बलवंड जी की उचारी की उच्चारण की हुई चौथी पौड़ी होंगी तो हूँ उन्होंने कुदरती सी गुरु अंगद साहब का जिक्र करता से अगे गुरु अमरदास जी का जिक्र शुरू कर देंगे पर जे दोबारा गल फिर उतों ही शुरू हो रही है इट मीनस के हूँ दोबारा गल कोई दूसरा कवि शुरू कर रहा भी ता जो बेस बना के मैं शुरू तो ही गल करा तो सुनने वाले होर चंगी तरह समझ आ जाए। तो इतों भाई सत्ता जी आरंभ कर रहे हैं तो भाई सत्ता जी की ही बेटी का ब्याह सी जो इन्हों की कुछ नाराजगी गुरु घर के नाल हुई है तो हुण भाई सत्ता जी दस रहे हैं कि मेरे गरीब नवाज सच्चे पातशाह साहिब श्री गुरु नानक देव महाराज जी ने जदों गुरता गद्दी की जिम्मेवारी अपने पुत्रां नूं ना दे के अपने सेवक भाई लहणा जी नूं बख्शिश की तो दुनिया के रौला पै गया लोग हैरान हो गए सिख भी हैरान हो गए तो जिहड़े परिवार के मैंबर वह भी हैरान हो गए तो किदां दीआं गल्लां होणियां किहो जिहा माहौल सी उस वेले वह माहौल नूं साडे सामने रख देंदे ने इन्हां पंक्तियों च आप जी फरमा रहे ने होरियों गंग वहाई है दुनियाई आखै के क्यों के क्यों इत्थे उच्चारण ते ध्यान देना होरियों गंग वहाई है गुरु अंगद साहब नूं गुरता गद्दी दे के गुरु नानक ने होर ही गंगा वहा दित्ती होर ही गंगा दा भाव है इत्थे उल्टी गंगा वहा देनी जिवें इक कहावत है ना भी कोई काम जागत तो वखरा कर देना कहिंदे ने भी उल्टी गंगा वहा दित्ती एक पुरानी कहावत है। तो कहिंदे अज गुरु नानक ने अपने पुत्रां नूं छड के जदों एक सेवक नूं गुरता गद्दी दे दित्ती ना तां दुनिया कहिंदी आ भी गुरु नानक ने तां उल्टी ही गंगा वहा दित्ती है दुनियाई आखे दुनियाई लुकाई दुनिया के लोग कह रहे हैं के क्यों गुरु नानक साहब ने यह किया है नानक ईश्वर जगनाथ उचहदी वैन विर क्यों गुरु नानक देव महाराज सच्चे पातशाह जी जो आप ईश्वर रूप मालक रूप हैं जगत के नाथ रूप हैं ऐसे नाथ रूप गुरु नानक देव जी ने क्यों जगनाथ नूं थत्थे नूं सिहारी लगी हुई है उत्थे उच्चारण अर्थ करांगे ने गुरु नानक साहिब ने उच्च हद्दी हद का उच्चा बहुत उच्चा बैन का अर्थ है बोल विरक्योन का अर्थ है बोलिया है गुरु नानक देव जी ने तो एक बड़े हद का उच्चा बोल बोल दिता भाई गुरसिखो अज तो बाद साडे अस्थान के उपर भाई लहणा गुरु अंगद साहब के रूप च सेवा निभाउणा ਇਹ ਜਿਹੜਾ ਬੈਣ ਇਹ ਜਿਹੜਾ ਬੋਲ ਗੁਰੂ ਨਾਨਕ ਸਾਹਿਬ ਨੇ ਬੋਲਿਆ ਕਹਿੰਦੇ ਹੱਦ ਦਾ ਉੱਚਾ ਬੋਲ ਹੈ ਦੁਨੀਆਂ ਨੇ ਸੁਣਿਆ ਉਹ ਕਹਿੰਦੇ ਇਹ ਕੀ ਹੋ ਗਿਆ ਅਸੀਂ ਤਾਂ ਸੋਚਿਆ ਸੀ ਪੁੱਤਰਾਂ ਨੂੰ ਗੁਰਤਾ ਗੱਦੀ ਮਿਲੂਗੀ
ਹੋਰੋਂ ਹੀ ਗੰਗ ਉਲਟੇ ਹੀ ਗੰਗਾ ਮਾਨੋ ਗੁਰੂ ਨਾਨਕ ਸਾਹਿਬ ਨੇ ਵਹਾ ਦਿੱਤੀ ਹੈ। ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਓਣ ਚੌਧਾਂ ਰਤਨ ਨਿਕਾਲਿਆਂ ਕਰ ਆਵਾ ਗਾਉਣ ਚਿਲਕਿਓਣ। ਹੁਣ ਇੱਥੇ ਜਦੋਂ ਭਾਈ ਸੱਤਾ ਜੀ ਇਹ ਪੌੜੀ ਦੇ ਵਿੱਚ ਬਿਆਨ ਕਰ ਰਹੇ ਨੇ, ਇਹ ਦ੍ਰਿਸ਼ਟਾਂਤ ਦੋ ਵਾਰੀ ਆਵੇਗਾ ਹੁਣ ਇੱਥੇ, ਤਾਂ ਹੀ ਪਤਾ ਲੱਗਦਾ ਵੀ ਇਹ ਪੌੜੀ ਭਾਈ ਸੱਤਾ ਜੀ ਦੀ ਹੈ। ਇੱਕੋ ਦ੍ਰਿਸ਼ਟਾਂਤ ਜਾਂ ਇੱਕੋ ਐਗਜ਼ਾਮਪਲ ਨੂੰ ਦੋ ਵਾਰੀ ਉਹਨਾਂ ਨੇ ਦਿੱਤਾ, ਉਹੀ ਵਰਡਿੰਗ ਵਰਤੀ ਹੈ, ਤਾਂ ਪਤਾ ਲੱਗਦਾ ਵਰਡਿੰਗ ਤੋਂ ਵੀ ਪਤਾ ਲੱਗ ਜਾਂਦਾ ਵੀ ਇਹ ਬਚਨ ਭਾਈ ਸੱਤਾ ਜੀ ਦੇ। ਤਾਂ ਇਸ ਵਾਕ ਦੇ ਵਿੱਚ ਮੈਂ ਦੁਹਰਾ ਦਿਆਂ, ਕੁੱਲ ਅੱਠ ਪੌੜੀਆਂ ਨੇ, ਜਿਨ੍ਹਾਂ 'ਚ ਪਹਿਲੀਆਂ ਤਿੰਨ ਭਾਈ ਬਲਵੰਡ ਜੀ ਦੀਆਂ, ਅਗਲੀਆਂ ਪੰਜ ਪੌੜੀਆਂ ਭਾਈ ਸੱਤਾ ਜੀ ਦੀਆਂ ਹਨ। ਤਾਂ ਹੁਣ ਇੱਥੇ ਗੱਲ ਕਹਿ ਰਹੇ ਨੇ ਵੀ ਦੁਨੀਆਂ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਕੀਤਾ ਉਹ ਆਪਾਂ ਇੱਦਾਂ ਸਮਝ ਲਓ, ਜੋ ਅਨੋਖਾ ਕੌਤਕ ਵਰਤਾਇਆ, ਸੇਵਕ ਨੂੰ ਗੁਰਤਾ ਗੱਦੀ ਦੇ ਦਿੱਤੀ ਹੈ, ਕਿਹੋ ਜਿਹੀਆਂ ਬਖਸ਼ਿਸ਼ਾਂ ਕੀਤੀਆਂ ਨੇ। ਇੱਕ ਪੁਰਾਣੀ ਮਿੱਥ ਦਾ ਜ਼ਿਕਰ ਕਰ ਰਹੇ ਨੇ ਆਪ, ਗੁਰਬਾਣੀ ਦੇ ਵਿੱਚ ਮਿੱਥਾਂ ਦਾ ਵੀ ਜ਼ਿਕਰ ਕੀਤਾ ਹੈ, ਕਿਉਂਕਿ ਜਿਹੜੀ ਗੱਲ ਨੂੰ ਲੋਕਾਂ ਦੀ ਮਾਨਸਿਕਤਾ ਸਮਝਦੀ ਸੀ ਉੱਦਾਂ ਦੀ ਮਾਨਸਿਕਤਾ ਦੇ ਮੁਤਾਬਕ ਗੁਰਬਾਣੀ 'ਚ ਉਪਦੇਸ਼ ਕੀਤਾ ਗਿਆ। ਇਹ ਅੱਗੇ ਸਾਡੇ ਦਿਮਾਗੀ ਕਮਜ਼ੋਰੀ ਹੈ ਵੀ ਅਸੀਂ ਗੁਰਬਾਣੀ ਨੂੰ ਉਹਨਾਂ ਚੀਜ਼ਾਂ 'ਚ ਫਸਾ ਕੇ ਰੱਖ ਦਿੰਦੇ ਹਾਂ, ਇਹ ਸਾਡਿਆਂ ਗੁਰੂ 'ਤੇ ਨਿਸ਼ਚੇ ਦੀ ਕਮਜ਼ੋਰੀ ਹੈ ਜਾਂ ਗੁਰਬਾਣੀ ਦੇ ਅਧਿਐਨ ਦੀ ਕਮਜ਼ੋਰੀ ਹੈ। ਜਿਵੇਂ ਅੱਜ ਕੱਲ੍ਹ ਬਹੁਤ ਝਗੜਾ ਪੈਂਦਾ, ਕਹਿੰਦੇ ਜੀ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਪਿਛਲਿਆਂ ਦਾ ਆਪਾਂ ਨੂੰ ਇਤਿਹਾਸ ਹੀ ਨਹੀਂ ਪਤਾ ਹੋਊਗਾ, ਇਹ ਰਾਮ ਚੰਦਰ ਕੌਣ ਸੀ, ਮਿਧਾਂਤਾ ਕੌਣ ਸੀ, ਦੂਰਬਾ ਕਰੂਰੋ ਅੰਗਰ ਹੈ, ਗੌਤਮ ਰਿਖ ਦਸ ਜਸ ਗਾਇਓ, ਇਹ ਰਿਸ਼ੀ ਕੌਣ ਸਨ, ਇਹਨਾਂ ਲਈ ਸਾਨੂੰ ਵੱਖਰਾ ਗ੍ਰੰਥ ਚਾਹੀਦਾ ਜਾਂ ਰੈਫਰੈਂਸ ਬੁੱਕ ਚਾਹੀਦੀ ਆ। ਤੋ ਇੱਦਾਂ ਦੀਆਂ ਗੱਲਾਂ ਚੱਲਦੀਆਂ, ਇਹ ਸਾਡੀ ਇੱਕ ਕਮਜ਼ੋਰੀ ਹੈ ਕਿ ਅਸੀਂ ਗੁਰਬਾਣੀ ਨੂੰ ਦਾਇਰੇ 'ਚ ਸੀਮਤ ਕਰਦੇ ਹਾਂ, ਜਦਕਿ ਗੁਰਬਾਣੀ 'ਚ ਕੇਵਲ ਇਹੀ ਉਦਾਹਰਨਾਂ ਨਹੀਂ ਦਿੱਤੀਆਂ ਹੋਈਆਂ, ਗੁਰਬਾਣੀ 'ਚ ਸੈਂਕੜੇ ਤਰ੍ਹਾਂ ਦੀਆਂ ਪਸ਼ੂਆਂ ਦੀਆਂ ਅਤੇ ਪੰਛੀਆਂ ਦੀਆਂ ਵੀ ਉਦਾਹਰਨਾਂ ਦਿੱਤੀਆਂ ਨੇ, ਉਹਦੇ ਲਈ ਕਿਹੜੀ ਰੈਫਰੈਂਸ ਬੁੱਕ ਲੈ ਕੇ ਆਵਾਂਗੇ। ਗੁਰਬਾਣੀ ਦੇ ਵਿੱਚ ਸੂਰਜ, ਚੰਦਰਮਾ, ਆਕਾਸ਼, ਧਰਤੀ ਆਦਿਕ ਦੀਆਂ ਪ੍ਰਕਿਰਤਿਕ ਚੀਜ਼ਾਂ ਦੀਆਂ ਵੀ ਬਹੁਤ ਉਦਾਹਰਨਾਂ ਦਿੱਤੀਆਂ ਹੋਈਆਂ ਹਨ। ਗੁਰਬਾਣੀ ਦੇ ਵਿੱਚ ਮਨੁੱਖੀ ਸੁਭਾਅ ਦੇ ਨਾਲ ਸੰਬੰਧਿਤ ਕਈ ਚੀਜ਼ਾਂ ਦੀਆਂ ਉਦਾਹਰਨਾਂ ਦਿੱਤੀਆਂ, ਦੁਨੀਆਂ ਦੇ ਰਿਸ਼ਤਿਆਂ ਦੀਆਂ, ਪਿਓ, ਪੁੱਤਰ, ਧੀ, ਮਾਤਾ, ਪਿਤਾ, ਇਹਨਾਂ ਦੀਆਂ ਵੀ ਬਹੁਤ ਉਦਾਹਰਨਾਂ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿੰਨੀ ਤਰ੍ਹਾਂ ਦੀਆਂ ਫੁੱਲਾਂ ਦੀਆਂ ਵੀ ਉਦਾਹਰਨਾਂ ਦਿੱਤੀਆਂ ਹੋਈਆਂ ਹਨ, ਪਾਣੀ 'ਚ ਰਹਿਣ ਵਾਲੇ ਡੱਡੂ, ਮੱਛੀ ਆਦਿਕ ਜੀਵਾਂ ਦੀਆਂ ਵੀ ਉਦਾਹਰਨਾਂ ਦਿੱਤੀਆਂ ਹੋਈਆਂ ਹਨ। ਤੋ ਇਸੇ ਸੰਦਰਭ ਦੇ ਵਿੱਚ ਕਈ ਇਤਿਹਾਸਕ ਪੁਰਸ਼ਾਂ ਦੀਆਂ ਉਦਾਹਰਨਾਂ ਦਿੱਤੀਆਂ ਅਤੇ ਕਈ ਮਿਥਿਹਾਸਕ ਕਹਾਣੀਆਂ ਵੀ ਦੱਸੀਆਂ ਹੋਈਆਂ ਹਨ। ਤੋ ਇੱਕ ਬਹੁਤ ਵਿਸ਼ਾਲ ਦਾਇਰਾ ਹੈ, ਇਹਨੂੰ ਆਪਾਂ ਥੋੜ੍ਹੀ ਜਗ੍ਹਾ 'ਚ ਸੀਮਤ ਕਰਕੇ ਜਦੋਂ ਆਪਸ 'ਚ ਲੜਨ ਝਗੜਨ ਲੱਗ ਜਾਂਦੇ, ਇਹਦਾ ਮਤਲਬ ਇਹ ਹੁੰਦਾ ਵੀ ਅਸੀਂ ਗੁਰਬਾਣੀ ਦੇ ਅਜੇ ਸਮੁੱਚੇ ਭਾਵ ਤੱਕ ਆਪਣਾ ਨਜ਼ਰੀਆ ਲੈ ਕੇ ਨਹੀਂ ਜਾ ਰਹੇ। ਤੋ ਗੁਰਮੁਖ ਪਿਆਰਿਓ, ਮੇਰੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਜੋ ਗੁਰਬਾਣੀ ਦੇ ਵਿੱਚ ਉਦਾਹਰਨਾਂ ਦਿੰਦੇ ਆ ਉਹਨਾਂ 'ਚੋਂ ਇੱਕ ਉਦਾਹਰਨ ਇਹ ਵੀ ਆ ਜਾਂਦੀ ਹੈ ਕਈ ਵਾਰੀ, ਅਤੇ ਜਿਵੇਂ ਕਿ ਮੰਨਿਆ ਜਾਂਦਾ ਹੈ, ਇਹ ਮੰਨਿਆ ਜਾਂਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ, ਹਾਲਾਂਕਿ ਇੱਦਾਂ ਨਹੀਂ ਹੈ, ਇੱਕ ਪ੍ਰਚਲਿਤ ਕਹਾਣੀ ਹੈ, ਜਿਵੇਂ ਕਿ ਬਹੁਤ ਕਹਾਣੀਆਂ ਹੁੰਦੀਆਂ ਨੇ ਕੱਛੂ ਅਤੇ ਖਰਗੋਸ਼ ਦੀ ਰੇਸ ਦੀ ਕਹਾਣੀ ਆਪਾਂ ਬਚਪਨ ਤੋਂ ਸੁਣਦੇ ਹਾਂ, ਚਿੜੀ ਅਤੇ ਕਾਂ ਦੇ ਦੁਆਰਾ ਕਣਕ ਬੀਜਣ ਦੀ ਕਹਾਣੀ ਆਪਾਂ ਸੁਣਦੇ ਹਾਂ। ਤੋ ਇਹ ਸਮਝਾਉਣ ਲਈ ਬਹੁਤ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ, ਇੱਦਾਂ ਹੀ ਪੁਰਾਣਾਂ ਦੇ ਵਿੱਚ ਗ੍ਰੰਥਾਂ ਵਿੱਚ ਕੋਈ ਕਹਾਣੀਆਂ ਨੇ, ਉਹਨਾਂ 'ਚ ਇੱਕ ਕਹਾਣੀ ਆਉਂਦੀ ਹੈ ਕਿ ਦੇਵਤਿਆਂ ਨੇ ਅਤੇ ਰਾਕਸ਼ਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ, ਸਮੁੰਦਰ ਨੂੰ ਰਿੜਕਣ ਦੇ ਲਈ ਉਹਨਾਂ ਨੇ ਸੁਮੇਰ ਪਰਬਤ ਨੂੰ ਮਧਾਣਾ ਬਣਾਇਆ, ਜਿਵੇਂ ਮਧਾਣੀ ਹੁੰਦੀ ਹੈ ਨਾ ਜਿਸ ਦੇ ਜ਼ਰੀਏ ਰਿੜਕਿਆ ਜਾਣਾ ਹੈ, ਅਤੇ ਉਹਦਾ ਇੱਕ ਪਾਸਾ ਉਹਦੇ 'ਚ ਜਿਹੜਾ ਨੇਤਰਾ ਸੀ ਜਿਸ ਦੇ ਨਾਲ ਘੁਮਾਇਆ ਜਾਣਾ ਸੀ, ਹੁਣ ਤਾਂ ਅੱਜ ਕੱਲ੍ਹ ਤਾਂ ਮੋਟਰ ਆ ਗਈ ਹੈ ਕਿਸੇ ਵੀ ਚੀਜ਼ ਨੂੰ ਘੁਮਾਉਣੇ, ਆਪਣੇ ਘਰਾਂ 'ਚ ਮਿਕਸੀਆਂ ਨੇ, ਗਰਾਇੰਡਰ ਨੇ, ਉਹਨੇ ਜਦੋਂ ਘੁੰਮਣਾ ਤਾਂ ਉਹਦੇ ਹੇਠਾਂ ਮੋਟਰ ਲੱਗੀ ਹੁੰਦੀ ਹੈ। ਪਹਿਲੇ ਮੋਟਰ 'ਤੇ ਨਹੀਂ ਸੀ ਹੁੰਦੀ, ਘੁਮਾਉਣ ਦਾ ਜਿਹੜਾ ਪ੍ਰੋਸੈਸ ਸੀਗਾ ਉਹ ਮੈਨੂਅਲੀ ਕਰਨਾ ਪੈਂਦਾ ਸੀ, ਤਾਂ ਉਹਦੇ ਲਈ ਕੀ ਸੀ, ਇੱਕ ਰੱਸੀ ਬੰਨ੍ਹੀ ਜਾਂਦੀ ਸੀ ਆਲੇ ਦੁਆਲੇ, ਰੱਸੀ ਬੰਨ੍ਹ ਕੇ ਉਹ ਰੱਸੀ ਨੂੰ ਇੱਕ ਪਾਸੇ ਨੂੰ ਖਿੱਚਦੇ ਸੀ ਤਾਂ ਉਹ ਚੀਜ਼ ਇੱਧਰ ਨੂੰ ਘੁੰਮ ਜਾਂਦੀ ਸੀ, ਅਤੇ ਦੂਜੇ ਪਾਸੇ ਨੂੰ ਖਿੱਚਦੇ ਸੀ ਤਾਂ ਜਿਸ ਚੀਜ਼ 'ਤੇ ਬੰਨ੍ਹੀ ਹੁੰਦੀ ਸੀ ਦੂਜੇ ਪਾਸੇ ਨੂੰ ਘੁੰਮ ਜਾਂਦੀ ਸੀ। ਤੋ ਇੱਦਾਂ ਇੱਕ ਨੇਤਰਾ ਪਾਇਆ ਅਤੇ ਹੁਣ ਉਹਨੂੰ ਰਿੜਕਿਆ ਗਿਆ, ਸਮੁੰਦਰ ਨੂੰ ਰਿੜਕਿਆ, ਅਤੇ ਉਹ 'ਚੋਂ ਕਹਿੰਦੇ 14 ਰਤਨ ਨਿਕਲੇ ਵੱਖਰੇ ਵੱਖਰੇ, ਅਤੇ ਉਹ 14 ਰਤਨਾਂ ਦੇ ਬਾਰੇ ਫਿਰ ਵੱਖਰੀਆਂ ਵੱਖਰੀਆਂ ਅੱਗੇ ਦੀ ਅੱਗੇ ਕਹਾਣੀਆਂ ਚੱਲਦੀਆਂ ਨੇ। ਤੋ ਉਹ ਦ੍ਰਿਸ਼ਟਾਂਤ ਨੂੰ ਆਪ ਜੀ ਇੱਥੇ ਦੇ ਰਹੇ ਨੇ ਵੀ ਦੇਵਤਿਆਂ ਅਤੇ ਰਾਕਸ਼ਾਂ ਨੇ ਸਮੁੰਦਰ ਰਿੜਕਿਆ, ਪਹਾੜ ਨੂੰ ਵਿੱਚ ਮਧਾਣਾ ਬਣਾ ਕੇ ਰੱਖ ਲਿਆ, ਅਤੇ ਉਹਦੇ ਆਲੇ ਦੁਆਲੇ ਇੱਕ ਬਾਸਕ ਭਾਵ ਬਹੁਤ ਵੱਡਾ ਸ਼ੇਸ਼ ਨਾਗ ਜਿਸ ਨੂੰ ਕਹਿੰਦੇ ਸੀ, ਉਹਨੂੰ ਲਿਆ ਕੇ ਲਪੇਟ ਕੇ ਰੱਸੀ ਦੀ ਤਰ੍ਹਾਂ ਬਣਾ ਲਿਆ,
तो एक पास पूंछ तो पकड़ लिया, एक पास सिरी तो पकड़ के उन्होंने घुमाया, सज्जे ते खब्बे नूं खिंचिया तां पहाड़ दा मधाना घूमया ते समुंदर रिड़किया गया ते कई तरह के रत्न निकले। पर हुण मेरे गुरु नानक साहब ने भी समुंदर रिड़किया, भाई लैणे नूं गुरता गद्दी ते बिठाया, तां उह दृष्टांत दे के आप जी हुण दस रहे हन। मधाना पर्बत कर नेत्र बास शब्द रिड़क्योण, आप जी दस रहे हैं कि गुरु नानक देव सच्चे पातशाह जी ने मधाना पहाड़ नूं बनाया। पहाड़ उच्चा हुंदा, पहाड़ नूं जिवें कहिंदे देवतिआं ते राक्षसां ने मधाना बनाया सी विचों, गुरु नानक साहब ने उच्ची सुरत नूं मधाना बनाया। उच्ची सुरत, उच्चे सुरत नूं मधाना बना लिया भी भाई उच्ची सुरत दे नाल आपां रिड़कना हुण सारा कुछ। नेत्र बासक, नेत्र नेत्रा जिहड़ा विच रस्सी पाई जांदी है, बासक कहिंदे ने सप्प नूं। सप्प किहनूं कहा? सप्प कहा मन नूं, मन जिवें जहर नाल भरिया होया, सप्प जहर नाल भरिया हुंदा। उच्चे सुरत दा मधाना बना के उहदा जिहड़ा नेत्रा बनाया जिहदे जरिए उहनूं घुमाउणा सी, उह मन नूं बना लिया। शब्द रिड़के उहन, फिर रिड़किया किहनूं? शब्द नूं रिड़किया। गुरु नानक साहब ने भी रब्बी शब्द नूं रिड़किया, विचारिया, पढ़िया, समझिया ते समझाया, ते जिथों शब्द मिलिया भगतां तों, भगतां कोलों भी लै के आए, सिद्धां ने पुछिया तुहाडा गुरु कौण है, कहा शब्द गुरु सुरत तों चेला। ते भाई लैणे ने भी गुरु नानक दे उस शब्द नूं रिड़किया, विचारिया मेरा गुरु की कहिंदा। हुण शब्द नूं रिड़किया जांदा गुरु नानक दे घर दे विच। जदों शब्द नूं रिड़किया गया, हुण मैं दोहरा दिया, उच्ची सुरत नूं मधाना बना लिया, मधाणी बना लिया, उहनूं घुमाउण दे लई सुरत नूं, उहदे च जिहड़ा नेत्रा पाया अपने मन दा पाया, ते रिड़किया किहनूं? शब्द नूं। भाव सुरत अते मन नूं जोड़ के गुरु दे शब्द नूं विचारिया पूरी गहराई नाल। चौदह रतन निकालिया, ते इहदे चों चौदह रतन निकले। कर आवा गाउण चिलक्योण, चिलक्योण दा मतलब चिलकना, कोई चीज़ लिशकदी है जिहड़ी शाइनिंग करदी है, बहुत ज़्यादा रिफलैक्शन होवे जिसकी, बहुत ज़्यादा वधिया दूरों बहुत सोहणी लगे। ते इदां गुरु नानक ने भी जदों आप शब्द नूं रिड़किया, ते उहनां दे हजूर भाई लैणे ने भी शब्द नूं रिड़किया, ते इहदे चों रब्बी गुणा रूपी रतन निकले। ਉਹਦਾ ਕਹਿੰਦੇ ਆ ਵੀ ਰਤਨ ਨਿਕਲੇ, ਘੋੜਾ ਨਿਕਲਿਆ ਜੀ, ਕਲਪ ਬਿਰਸ ਨਿਕਲਿਆ ਆ, ਧਨੰਤਰ ਵੈਦ ਨਿਕਲਿਆ, ਕੋਈ ਇੱਦਾਂ ਦੀਆਂ ਚੀਜ਼ਾਂ ਰਤਨ ਕੱਢੇ। ਪਰ ਗੁਰੂ ਨਾਨਕ ਦੇ ਘਰੋਂ ਜਦੋਂ ਸ਼ਬਦ ਨੂੰ ਰਿੜਕਿਆ ਜਾਂਦਾ ਹੈ, ਰੱਬੀ ਗਿਆਨ ਰੂਪੀ ਰਤਨ ਨਿਕਲਦੇ ਹਨ। ਉਹਨਾਂ ਰਤਨਾਂ ਦੇ ਵਿੱਚ ਜਦੋਂ ਸ਼ਬਦ ਨੂੰ ਕੋਈ ਰਿੜਕਦਾ ਆਪਣੇ ਜੀਵਨ ਦੇ ਵਿੱਚ, ਉਹਦੇ ਜੀਵਨ 'ਚ ਇੱਕ ਰਤਨ ਪ੍ਰਗਟ ਹੁੰਦਾ ਸੇਵਾ ਦਾ, ਉਹਦੇ ਜੀਵਨ 'ਚ ਰਤਨ ਪ੍ਰਗਟ ਹੁੰਦਾ ਪਰਉਪਕਾਰ ਦਾ, ਉਹਦੇ ਜੀਵਨ ਦੇ ਵਿੱਚ ਰਤਨ ਪ੍ਰਗਟ ਹੁੰਦਾ ਸੱਚ ਅਤੇ ਇਮਾਨਦਾਰੀ ਦਾ, ਹੱਕ 'ਤੇ ਖੜਨ ਦਾ। ਇਹ ਨੇ ਰਤਨ ਜਿਨ੍ਹਾਂ ਦੇ ਜ਼ਰੀਏ ਸਮੁੱਚੀ ਮਨੁੱਖਤਾ ਦਾ ਭਲਾ ਹੋਵੇ, ਜੇ ਗੁਣ ਸਮੁੱਚੀ ਮਨੁੱਖਤਾ ਵਿੱਚ ਆ ਜਾਣ। ਕਰ ਆਵਾਗਾਉਣ ਚਿਲਕਿਓਣ, ਆਵਾਗਾਉਣ ਦਾ ਅਰਥ ਹੈ ਇਹ ਆਵਾਗਾਉਣ ਰੂਪੀ ਸੰਸਾਰ ਜਗਤ, ਜਿੱਥੇ ਜੀਵ ਆ ਰਹੇ ਨੇ ਅਤੇ ਜਾ ਰਹੇ ਨੇ, ਇਹਦੇ ਵਿੱਚ ਸ਼ਬਦ ਦੇ ਜ਼ਰੀਏ ਜਦੋਂ ਰਿੜਕਿਆ ਅਤੇ ਇਹਦੇ ਵਿੱਚੋਂ ਐਸੇ ਰੱਬੀ ਗੁਣ ਨਿਕਲੇ ਵੀ ਚਿਲਕਿਓਣ, ਜਿਹੜੇ ਲਿਸ਼ਕਾਰਾ ਮਾਰਦੇ ਨੇ, ਚਮਕਦੇ ਨੇ। ਸਾਰਾ ਇਤਿਹਾਸ ਉਹ ਰੱਬੀ ਗੁਣਾਂ ਨਾਲ ਚਮਕ ਰਿਹਾ ਵੀ ਭਾਈ ਗੁਰੂ ਦੇ ਵਿੱਚ, ਗੁਰੂ ਦੇ ਸਿੱਖਾਂ 'ਚ ਰੱਬੀ ਗੁਣ ਨੇ, ਸੱਚ 'ਤੇ ਪਹਿਰਾ ਦਿੰਦੇ ਹੋਏ ਤੱਤੀਆਂ ਤਵੀਆਂ 'ਤੇ ਵੀ ਬੈਠੇ ਆ। ਇਹ ਅਣਖ ਦੇ ਇੱਜ਼ਤ ਲਈ ਮੀਰੀ ਅਤੇ ਪੀਰੀ ਨੂੰ ਧਾਰਨ ਕਰ ਲੈਂਦੇ ਆ, ਇਹ ਦੂਜੇ ਦਾ ਭਲਾ ਚਾਹੁੰਦੇ ਹੋਏ ਚਾਂਦਨੀ ਚੌਂਕ 'ਚ ਆਪਣਾ ਸੀਸ ਵੀ ਕਟਵਾ ਦਿੰਦੇ ਹੈ, ਇਹ ਆਪਣਾ ਸਰਵੰਸ਼ ਵੀ ਵਾਰ ਲੈਂਦੇ ਹੈ। ਅਤੇ ਅਖੀਰ ਮੁਸਲਮਾਨ ਇਤਿਹਾਸਕਾਰ ਜਿਹੜੇ ਸਿੱਖਾਂ ਨੂੰ ਸੰਗ ਭਾਵ ਕੁੱਤੇ ਵੀ ਲਿਖਦੇ ਰਹੇ ਇਤਿਹਾਸ ਦੇ ਵਿੱਚ, ਇਹ ਸ਼ਬਦ ਵਰਤਿਆ, ਪਰ ਉਹ ਵੀ ਕਹਿਣ ਲੱਗੇ, ਕਹਿੰਦੇ ਇਹਨਾਂ ਵਰਗਾ ਕੋਈ ਉੱਚੇ ਜੀਵਨ ਵਾਲਾ ਨਹੀਂ, ਇਹ ਦੂਜੇ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਦੀ ਤਰ੍ਹਾਂ ਸਤਿਕਾਰ ਦਿੰਦੇ ਆ। ਤਾਂ ਇਹ ਗੁਣ ਕਿੱਥੋਂ ਆਏ? ਇਹ ਗੁਣ ਆਏ ਜਿਨ੍ਹਾਂ ਨੇ ਗੁਰੂ ਨਾਨਕ ਦੇ ਸ਼ਬਦ ਨੂੰ ਰਿੜਕਿਆ। ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਆਪ ਸ਼ਬਦ ਨੂੰ ਰਿੜਕਿਆ, ਫਿਰ ਭਾਈ ਲਹਿਣੇ ਨੂੰ ਰਿੜਕਿਆ, ਅਤੇ ਫਿਰ ਇਹ ਗੁਣਾਂ ਦਾ ਲਿਸ਼ਕਾਰਾ ਪੂਰੇ ਸੰਸਾਰ ਵਿੱਚ ਵੱਜਿਆ ਹੈ। ਕੁਦਰਤ ਇਹ ਵਖਾਲੀਅਨ ਜਿਨ ਐਵੜ ਪਿੰਡ ਠਿਣਕੇ ਆਉਣ, ਲਹਿਣੇ ਧਰਿਓਣ ਸ਼ਤਰ ਸਿਰ ਅਸਮਾਨ ਕੇ ਆੜਾ ਸ਼ਿਕਿਓਣ। ਕੁਦਰਤ ਇਹ ਵਖਾਲੀਅਨ, ਐਡੀ ਵੱਡੀ ਕੁਦਰਤ ਤਾਕਤ ਦਿਖਾਈ ਮੇਰੇ ਪਾਤਸ਼ਾਹ ਜੀ ਨੇ,
जिन एवड पिंड ठिणक्योन। पिंड का अर्थ शरीर एवड एडा वड्डा, एडा वड्डा पिंड ठिणक्योन टुणका के वेख्या। ठिणक्योन मतलब जो कोई मिट्टी का भांडा लिया जाता सी ना, उन्हूं इदां टुणका के वेखदे सी, कितें तिड़िया होया तां नहीं आवाज़ दस दिंदे सी। इदां ही गुरु नानक देव महाराज जी ने भाई लहणा भाव गुरु अंगद साहब नूं टुणका के भाव चंगी तरह परख परख के देखिया। लहणे धरे उन छत्र सिर, छत्र छछा तत्ता तत्ते दे पैर च रा रा रारे नूं औंकण, एक वचन पुलिंग छत्र, एक छत्र रब्बी बख्शिश का जो गुरु नानक साहब के शीश से झूलता सी। ਉਹ ਗੁਰਿਆਈ ਦਾ ਛਤਰ ਪਰਖ ਕੇ ਚੰਗੀ ਤਰ੍ਹਾਂ ਦੇਖ ਕੇ ਫਿਰ ਭਾਈ ਲਹਿਣਾ ਜੀ ਦੇ ਸੀਸ 'ਤੇ ਫਿਰਾ ਦਿੱਤਾ। ਅਸਮਾਨ ਕਿਆੜਾ ਛਿੱਕੇ ਊਣ, ਅਸਮਾਨ ਦਾ ਅਰਥ ਹੈ ਅਸਮਾਨ ਉੱਪਰ, ਕਿਆੜਾ ਦਾ ਅਰਥ ਹੈ ਇੱਥੇ ਗਰਦਨ, ਛਿੱਕੇ ਊਣ ਦਾ ਅਰਥ ਹੈ ਛਿੱਕਿਆ, ਛਿੱਕਾ ਜਿਵੇਂ ਕਿਸੇ ਚੀਜ਼ ਦੇ ਉੱਪਰ ਟੰਗੀ ਹੋਈ ਹੋਵੇ ਨਾ, ਕਹਿੰਦੇ ਛਿੱਕੇ 'ਤੇ ਟੰਗੀ ਹੋਈ ਆ, ਭਾਵ ਉੱਚਾ ਕਰਦੇ ਹਨ। ਭਾਈ ਲਹਿਣੇ ਦੀ ਗਰਦਨ, ਭਾਈ ਲਹਿਣੇ ਦਾ ਮਾਣ, ਭਾਈ ਲਹਿਣੇ ਦਾ ਸਤਿਕਾਰ ਗੁਰੂ ਨਾਨਕ ਸਾਹਿਬ ਨੇ ਅਸਮਾਨ ਜਿੰਨਾ ਉੱਚਾ ਕਰ ਦਿੱਤਾ। ਐਸੀ ਬਖਸ਼ਿਸ਼ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਉੱਪਰ ਕੀਤੀ ਹੈ। ਜੋਤ ਸਮਾਨੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ, ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜੇ ਕਿਓਨ, ਜਾਂ ਸੁਦੋਸ ਤਾਂ ਲਹਿਣਾ ਟਿਕਿਓਨ। ਚਾਰ ਨੰਬਰ ਪੌੜੀ ਦੀਆਂ ਅਖੀਰਲੀਆਂ ਪੰਕਤੀਆਂ 'ਚ ਦੱਸ ਰਹੇ ਹਨ, ਜਦੋਂ ਚੰਗੀ ਤਰ੍ਹਾਂ ਪਰਖ ਕਰ ਲਈ ਨਾ, ਜੋਤ ਸਮਾਣੀ ਜੋਤ ਮਹਿਲ, ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਸਮਾ ਦਿੱਤੀ ਭਾਈ ਲਹਿਣੇ ਦੀ ਜੋਤ ਵਿੱਚ। ਆਪ ਆਪੇ ਸੇਤੀ ਮਿਕਿਓਨ, ਮਿਕਣਾ ਅਤੇ ਜਿਸ ਤਰ੍ਹਾਂ ਜਿਹਨੂੰ ਆਪਾਂ ਕਹਿੰਦੇ ਹਾਂ ਪੁੱਗਣਾ, ਛੋਟੇ ਹੁੰਦੇ ਬੱਚੇ ਇਸ ਤਰ੍ਹਾਂ ਕਰਦੇ ਸੀ, ਹੁਣ ਵੀ ਕਰਦੇ ਹੋਣੇ, ਆਪਾਂ ਵੀ ਕਰਦੇ ਰਹੇ ਹਾਂ ਛੋਟੇ ਹੁੰਦੇ। ਕੋਈ ਚੀਜ਼ ਹੁੰਦੀ ਸੀ ਨਾ, ਕਹਿੰਦੇ ਸੀ ਪੁੱਗ ਲਓ, ਐਂ ਹੱਥ ਇਕੱਠੇ ਕਰਕੇ ਸੱਜੇ ਜਾਂ ਖੱਬੇ ਕਰਨਾ, ਅਤੇ ਉਹ ਪੁੱਗਿਆ ਜਾਂਦਾ ਸੀ ਦੂਜਿਆਂ ਦੇ ਨਾਲ ਪੁੱਗ ਕੇ, ਅਤੇ ਸੱਜਾ ਜਾਂ ਖੱਬਾ ਹੱਥ ਜਿਹੜਾ ਮੰਨਿਆ ਜਾਂਦਾ ਸੀ, ਚਲੋ ਇਹ ਦੰਦਾਂ ਇਹਨਾਂ ਦਾ ਜੁੱਟ ਬਣ ਗਿਆ, ਇਹਨਾਂ ਦਾ ਜੁੱਟ ਬਣ ਗਿਆ, ਜਾਂ ਕਿਹਦੇ ਸਿਰ 'ਤੇ ਦਾਈਂ ਆਊਗੀ, ਫਿਰ ਕਹਿੰਦੇ ਸੀ ਮਿੱਕ ਲਓ, ਪੁੱਗ ਲਓ। ਹੁਣ ਗੁਰੂ ਨਾਨਕ ਨੇ ਜਦੋਂ ਜੋਤ ਭਾਈ ਲਹਿਣੇ ਵਿੱਚ ਰੱਖੀ ਨਾ, ਉਹਨਾਂ ਦੇ ਨਾਲ ਪੁੱਗੇ ਵੀ ਦੇਖਾਂ ਇਹ ਪਾਸ ਹੁੰਦਾ, ਇਹਨੂੰ ਵਾਰੀ ਦੇਣੀ ਹੈ ਜਾਂ ਕਿਵੇਂ ਕਰਨੀ ਹੈ, ਅਤੇ ਉਹ ਉਸ ਵੇਲੇ ਤੱਕ ਇੱਦਾਂ ਦੀ ਅਵਸਥਾ ਬਣ ਚੁੱਕੀ ਸੀ, ਆਪ ਆਪੇ ਸੇਤੀ ਮਿਕਿਓ। ਗੁਰੂ ਨਾਨਕ ਦਾ ਭਾਈ ਲਹਿਣਾ ਜੀ ਦੇ ਨਾਲ ਪੁੱਗਣਾ, ਵਿਚਾਰਨਾ ਵੀ ਇਹਨਾਂ ਨੂੰ ਹੁਣ ਅੱਗੇ ਇਹ ਸੇਵਾ ਦੇਣੀ ਹੈ, ਬਾਜੀ ਹੁਣ ਇਹਨਾਂ ਤੱਕ ਆਵੇ। ਇਹ ਕਹਿੰਦੇ ਪੁੱਗਣਾ ਇੱਦਾਂ ਦਾ ਸੀ ਵੀ ਗੁਰੂ ਨਾਨਕ ਸਾਹਿਬ ਆਪਣੇ ਆਪ ਨਾਲੇ ਪੁੱਗ ਰਹੇ ਹੁਣ, ਮਨ ਭਾਈ ਲਹਿਣਾ ਗੁਰੂ ਨਾਨਕ ਦਾ ਰੂਪ ਉਦੋਂ ਬਣ ਚੁੱਕੇ ਸੀ ਵੀ ਗੁਰੂ ਨਾਨਕ ਦਾ ਪੁੱਗਣਾ ਆਪਣੇ ਆਪ ਨਾਲੇ ਸੀ, ਕਿਸੇ ਵੱਖਰੇ ਨਾਲ ਨਹੀਂ ਸੀ, ਭਾਵ ਉੱਧਰ ਵੀ ਉਹਨਾਂ ਦੀ ਜੋਤ ਵਰਤ ਗਈ, ਇੱਧਰ ਵੀ ਜੋਤ ਉਹੀ ਹੈ, ਤਾਂ ਆਪਣੀ ਜੋਤ ਫਿਰ ਸਮਾ ਦਿੱਤੀ ਵੀ ਹੁਣ ਤੇਰੇ ਅਤੇ ਮੇਰੇ 'ਚ ਕੋਈ ਭੇਦ ਤਾਂ ਰਹਿ ਨਹੀਂ ਗਿਆ। ਸਿੱਖਾਂ ਪੁੱਤਰਾਂ ਘੋਖ ਕਹਿ, ਆਪਣੇ ਸਿੱਖਾਂ ਨੂੰ, ਪੁੱਤਰਾਂ ਪੁੱਤਾਂ ਨੂੰ, ਇਹ ਬਹੁ ਵਚਨ ਹੈ, ਇੱਥੇ ਬਿੰਦੀ ਲੱਗੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ, ਸਿੱਖਾਂ ਸਿੱਖਾਂ ਨੂੰ, ਪੁੱਤਰਾਂ ਪੁੱਤਰਾਂ ਨੂੰ ਘੋਖ ਕਹਿ, ਘੋਖ ਦਾ ਅਰਥ ਚੰਗੀ ਤਰ੍ਹਾਂ ਪੜਤਾਲ ਕਰ ਲੈਣੀ, ਚੰਗੀ ਤਰ੍ਹਾਂ ਪੜਤਾਲ ਕਰਕੇ ਵਿਚਾਰ ਕੇ ਆਪਣੇ ਸਿੱਖਾਂ ਅਤੇ ਪੁੱਤਰਾਂ ਦੇ ਬਾਰੇ, ਸਭ ਉਮਤ ਵੇਖੋ ਜੇ ਕਿਓਣ, ਉਮਤ ਦਾ ਅਰਥ ਹੈ ਸੰਗਤ, ਸਾਰੀ ਸੰਗਤ ਦੇਖੋ ਗੁਰੂ ਨਾਨਕ ਦੇਵ ਜੀ ਨੇ ਜੋ ਕੀਤਾ, ਕਿਓਣ, ਕਿਓਣ ਦਾ ਅਰਥ ਹੁੰਦਾ ਕਿ ਓਣ, ਉਹਨਾਂ ਕੀ ਕੀਤਾ, ਭਾਵ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਸਾਰੇ ਸਿੱਖ ਅਤੇ ਸਾਰੇ ਪੁੱਤਰਾਂ ਨੂੰ ਪਰਖਿਆ ਉਹਨਾਂ ਨੇ, ਸੰਗਤ ਜੀ ਦੇਖੋ ਗੁਰੂ ਨਾਨਕ ਨੇ ਕੀ ਕੀਤਾ, ਉੱਦਾਂ ਹੀ ਨਹੀਂ ਭਾਈ ਲਹਿਣੇ ਨੂੰ ਗੱਦੀ ਦੇ ਦਿੱਤੀ, ਪਹਿਲਾਂ ਪਰਖ ਕੀਤੀ, ਸਾਰਿਆਂ ਦੀ ਪਰਖ ਕੀਤੀ, ਸਿੱਖਾਂ ਦੀ ਵੀ ਪਰਖ ਕੀਤੀ ਅਤੇ ਪੁੱਤਰਾਂ ਦੀ ਵੀ ਪਰਖ ਕੀਤੀ, ਪਰਖ ਕਰਕੇ ਫਿਰ ਜੋ ਉਹਨਾਂ ਨੇ ਕੀਤਾ ਨਾ, ਜੋ ਉਹਦਾ ਰਿਜ਼ਲਟ ਨਿਕਲਿਆ, ਜਾਂ ਸੁਧੋਸ, ਸੁਧੋ ਓਸ, ਦੋ ਸ਼ਬਦਾਂ ਦਾ ਜੋੜ ਹੈ, ਸੰਧੀ ਵਿਛੇਦ ਕਰਾਂਗੇ, ਜਾਂ ਉਹਨਾਂ ਨੇ ਸੋਧਿਆ, ਸੁਧੋਸ, ਸੁਧ ਓਸ, ਉਹਨਾਂ ਨੇ ਸੁੱਧ ਕੀਤਾ, ਸੋਧਿਆ ਉਹਨਾਂ ਨੇ, ਜਦੋਂ ਗੁਰੂ ਨਾਨਕ ਨੇ ਸੋਧਿਆ ਭਾਵ ਰਿਜ਼ਲਟ ਕੱਢਿਆ, ਤਾਂ ਲਹਿਣਾ ਟਿਕਿਓਣ, ਜਿੰਨੀ ਕਸਵੱਟੀ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਸੀ ਉਹਦੇ ਉੱਪਰ ਭਾਈ ਲਹਿਣਾ ਟਿਕਿਆ, ਪੂਰਾ ਉਤਰਿਆ, ਜੋ ਕਸਵੱਟੀ ਗੁਰੂ ਨਾਨਕ ਸਾਹਿਬ ਨੇ ਰੱਖੀ ਉਹਦੇ 'ਤੇ ਭਾਈ ਲਹਿਣਾ ਜੀ ਪੂਰੇ ਉਤਰੇ।
ਇਹ ਬਚਨ ਭਾਈ ਸੱਤਾ ਜੀ ਨੂੰ ਕਹਿ ਰਹੇ ਨੇ ਸਾਨੂੰ। ਤੋ ਇੱਥੇ ਆ ਕੇ ਇਹ ਚਾਰ ਨੰਬਰ ਪੌੜੀ ਸੰਪੂਰਨ ਹੁੰਦੀ ਹੈ। ਅੱਜ ਦੀਆਂ ਦੋਵੇਂ ਪੌੜੀਆਂ ਦੇ ਵਿੱਚ ਆਪਾਂ ਦਰਸ਼ਨ ਕੀਤੇ, ਤਿੰਨ ਨੰਬਰ ਪੌੜੀ ਦੇ ਵਿੱਚ ਆਪਾਂ ਦਰਸ਼ਨ ਕੀਤੇ ਜਿਸ ਦੇ ਵਿੱਚ ਭਾਈ ਬਲਵੰਡ ਜੀ ਨੇ ਦੱਸਿਆ ਕਿ ਗੁਰੂ ਨਾਨਕ ਮਹਾਰਾਜ ਆਪ ਹੀ ਰੂਪ ਪਲਟ ਕੇ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਇਸ ਤਖ਼ਤ 'ਤੇ ਬਹਿ ਕੇ ਸੇਵਾ ਨਿਭਾ ਰਹੇ ਨੇ। ਦੂਜੇ ਇਤਿਹਾਸਕ ਗੱਲ ਸਾਨੂੰ ਇਹ ਦੱਸੀ ਵੀ ਗੁਰੂ ਅੰਗਦ ਸਾਹਿਬ ਦੇ ਮਹਿਲ ਮਾਤਾ ਖੀਵੀ ਜੀ ਉਹ ਲੰਗਰ ਦੀ ਸੇਵਾ ਕਰਦੇ ਨੇ ਅਤੇ ਇੰਨੀ ਸੇਵਾ ਕਰਦੇ ਨੇ ਘਿਓ ਪਾ ਪਾ ਖੀਰ ਵਰਤਾਉਂਦੇ ਨੇ ਅਤੇ ਗੁਰੂ ਕੇ ਸਿੱਖ ਕਹਿੰਦੇ ਨੇ ਵੀ ਮਾਤਾ ਖੀਵੀ ਦੇ ਕੋਲ ਉਹਨਾਂ ਦੀ ਸੰਗਤ ਉਹਨਾਂ ਦੇ ਚਰਨਾਂ 'ਚ ਬੈਠਣਾ ਇੱਦਾਂ ਜਿਵੇਂ ਕਿਤੇ ਪੱਤਿਆਂ ਵਾਲੇ ਸੰਘਣੇ ਦਰਖਤ ਦੀ ਛਾਂ 'ਚ ਬੈਠੀਦਾ ਹੈ। ਇੱਦਾਂ ਮਾਂ ਖੀਵੀ ਕੋਲ ਬੈਠ ਕੇ ਠੰਡ ਪੈਂਦੀ ਹੈ, ਇਹੋ ਜਿਹੀ ਮਹਾਨ ਸ਼ਖਸੀਅਤ ਹਨ। ਇਤਿਹਾਸਕ ਸੱਚਾਈ ਸਾਨੂੰ ਪਤਾ ਲੱਗੀ। ਫਿਰ ਇੱਦੋਂ ਅੱਗੇ ਚੌਥੀ ਪੌੜੀ ਤੋਂ ਭਾਈ ਸੱਤਾ ਜੀ ਦਾ ਵਚਨ ਸ਼ੁਰੂ ਹੋ ਜਾਂਦਾ। ਉਹ ਇਸੇ ਗੱਲ ਨੂੰ ਦੁਬਾਰਾ ਫਿਰ ਦੁਹਰਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਜੋ ਦਿੱਤੀ ਹੈ ਦੁਨੀਆਂ ਦੇ ਇੱਕ ਹੈਰਾਨੀ ਵਾਲਾ ਕੌਤਕ ਸੀ ਕਿ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਗੱਦੀ ਦੇ ਦੇਣੀ। ਲੋਕ ਕਹਿਣ ਲੱਗੇ ਵੀ ਇਹ ਤਾਂ ਗੁਰੂ ਨਾਨਕ ਮਹਾਰਾਜ ਨੇ ਉਲਟੀ ਗੰਗਾ ਵਹਾ ਦਿੱਤੀ, ਵੱਖਰਾ ਹੀ ਕੰਮ ਕਰ ਦਿੱਤਾ ਸੰਸਾਰ ਤੋਂ ਅਤੇ ਆਪਣੀ ਜੋਤ ਉਹਨਾਂ ਅੰਦਰ ਰੱਖੀ। ਅਤੇ ਇਹ ਵੀ ਫਿਰ ਸਾਨੂੰ ਪ੍ਰੂਫ ਗੁਰਬਾਣੀ 'ਚੋਂ ਮਿਲ ਗਿਆ, ਸਬੂਤ ਮਿਲ ਗਿਆ ਸਿੱਖਾਂ ਪੁੱਤਰਾਂ ਭੋਖ ਕੇ, ਕਿ ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਪੁੱਤਰਾਂ ਨੂੰ ਭੋਖ ਕੇ ਪਰਖ ਕੇ ਸਾਰੀ ਵਿਚਾਰ ਕਰਕੇ ਫਿਰ ਗੱਦੀ ਦਿੱਤੀ ਹੈ। ਕੋਈ ਦਾਅਵੇਦਾਰ ਬਣਿਆ ਫਿਰੇ ਇਹ ਗੱਲ ਨਹੀਂ ਹੈ। ਜੋ ਗੱਦੀ ਗੁਰੂ ਸਾਹਿਬ ਨੇ ਦਿੱਤੀ ਬਖਸ਼ਿਸ਼ ਕੀਤੀ ਉਹ ਪੂਰੀ ਪੜਤਾਲ ਕਰਕੇ ਅਤੇ ਅਖੀਰ ਜਾਂ ਸੁਧੋਸ ਤਾਂ ਲਹਿਣਾ ਟਿੱਕੇ, ਜਦੋਂ ਸੋਧਿਆ ਭਾਈ ਲਹਿਣਾ ਜੀ ਉੱਥੇ ਪੂਰੇ ਉਤਰਿਆ। ਗੁਰੂ ਮਹਾਰਾਜ ਕਿਰਪਾ ਕਰਨ, ਚਾਰ ਪੌੜੀਆਂ ਹੋ ਚੁੱਕੀਆਂ ਨੇ। ਅਗਲੀ ਵਿਚਾਰ ਆਪਾਂ ਗੁਰੂ ਅੰਗਦ ਸਾਹਿਬ ਤੋਂ ਬਾਅਦ ਹੁਣ ਗੁਰੂ ਅਮਰਦਾਸ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਸਿਫਤ ਆਵੇਗੀ ਆਉਣ ਵਾਲੇ ਦਿਨਾਂ 'ਚ ਸਾਂਝੀ ਕਰਾਂਗੇ। ਆਪ ਸੰਗਤਾਂ ਬੜੇ ਪਿਆਰ ਨਾਲ ਸਰਵਣ ਕਰਦੇ ਹੋ, ਸਤਿਗੁਰੂ ਮਿਹਰ ਕਰੇ ਸਾਰੀ ਸੰਗਤ ਨੂੰ ਤੰਦਰੁਸਤੀ, ਚੜ੍ਹਦੀ ਕਲਾ ਦੀ ਦਾਤ ਬਖਸ਼ੇ। ਇਸੇ ਤਰ੍ਹਾਂ ਆਪ ਜੀ ਨੇ ਜੁੜ ਕੇ ਰਹਿਣਾ ਹੈ। ਹੁਣ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਣਗੇ, ਉਪਰੰਤ ਗੁਰਬਾਣੀ ਸ਼ਬਦ ਕੀਰਤਨ ਹੋਣਗੇ। ਅਤੇ ਇਸ ਦੇ ਨਾਲ ਹੀ ਬੇਨਤੀ ਹੈ, ਕੋਵਿਡ-19 ਕਰਕੇ ਜਿਹੜੇ ਪਰਿਵਾਰ ਪ੍ਰਭਾਵਿਤ ਹੋਏ ਹੈ, ਆਪ ਜੀ ਜੇ ਗਰੋਸਰੀ ਚਾਹੁੰਦੇ ਹੋ ਤਾਂ ਉਹ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਅਹੁਦੇਦਾਰ ਸਾਹਿਬਾਨ ਨਾਲ ਆਪ ਜੀ ਸੰਪਰਕ ਕਰਕੇ ਆਪਣੀ ਲੋੜ ਦੱਸ ਸਕਦੇ ਹੋ, ਲੋੜੀਂਦਾ ਸਮਾਨ ਆਪ ਜੀ ਦੇ ਘਰ ਪਹੁੰਚਾ ਦਿੱਤਾ ਜਾਏਗਾ। ਦੂਜੀ ਬੇਨਤੀ ਹੈ, ਰੋਜ਼ਾਨਾ 4:30 ਤੋਂ 6:30 ਵਜੇ ਤੱਕ ਗੁਰਦੁਆਰਾ ਸਾਹਿਬ ਜੀ ਦੇ ਜਿਸ ਪਾਸੇ ਨਿਸ਼ਾਨ ਸਾਹਿਬ ਹੈ ਉਸ ਪਾਸੇ ਗੇਟ ਵਾਲੇ ਪਾਸੇ ਲੰਗਰ ਲੱਗਿਆ ਹੁੰਦਾ ਹੈ ਅਤੇ ਆਪ ਸੰਗਤਾਂ, ਲੋੜਵੰਦ ਗੁਰੂ ਕੇ ਸਿੱਖ ਪਰਿਵਾਰ, ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟ ਆ ਕੇ ਲੰਗਰ ਇੱਥੋਂ ਲਿਜਾ ਸਕਦੇ ਹੋ। ਸਭਨਾਂ ਦਾ ਧੰਨਵਾਦ। ਆਓ ਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਸਮਾਪਤੀ ਕਰੀਏ ਜੀ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ, ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੇ ਕਿਓਨ, ਜਾਂ ਸੁਦੋਸ ਤਾਂ ਲਹਿਣਾ ਟਿੱਕਿਓਨ।